ਤਖ ਦੇ ਮਾਲਕ ਧੰਨ ਧੰਨ ਆਦਿ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਰਵਤਰ ਮਾਈ ਭਾਈ ਬਹੁਤ ਵੱਡਿਆਂ ਭਾਗਾਂ ਵਾਲੇ ਹੋ ਜੋ ਮਹਾਂਪੁਰਖਾਂ ਦੇ ਪਾਵਨ ਪਵਿੱਤਰ ਅਸਥਾਨ 'ਤੇ ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਜੀਆਂ ਦੀ ਅਪਾਰ ਬਖਸ਼ਿਸ਼ ਕਿਰਪਾ ਸਦਕਾ ਇਸ ਸੰਸਾਰਕ ਪਦਾਰਥਵਾਦੀ ਮਾਹੌਲ ਵਿੱਚੋਂ ਸਮਾਂ ਕੱਢ ਕੇ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨ ਦਾ ਸਫਲ ਯਤਨ ਕਰ ਰਹੇ ਹੋ। ਇਸ ਪਾਵਨ ਅਸਥਾਨ ਦਾ 50 ਸਾਲਾ ਸਥਾਪਨਾ ਦਿਵਸ ਬਹੁਤ ਸ਼ਰਧਾ ਭਾਵਨਾ ਦੇ ਨਾਲ ਆਪ ਮਨਾ ਰਹੇ ਹੋ ਔਰ ਉਹਨਾਂ ਮਹਾਂਪੁਰਖਾਂ ਦੀ ਮਿੱਠੀ ਪਿਆਰੀ ਯਾਦ ਦੇ ਅੰਦਰ ਆਪਾਂ ਜੁੜ ਬੈਠੇ ਹਾਂ ਜਿਨ੍ਹਾਂ ਕੋਲੋਂ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਅਪਾਰ ਬਖਸ਼ਿਸ਼ ਕਿਰਪਾ ਮਿਹਰਾਮਤ ਕਰਕੇ ਪੰਥ ਦੀ ਸੇਵਾ ਲਈ। ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਜਗਤ ਤਾਰਕ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ 550 ਸਾਲਾ ਸ਼ਤਾਬਦੀ ਪੁਰਬ ਪ੍ਰਕਾਸ਼ ਪੁਰਬ ਸ਼ਤਾਬਦੀ ਸਿੱਖ ਕੌਮ ਮਨਾਉਣ ਜਾ ਰਹੀ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਜਦੋਂ ਉਦਾਸੀਆਂ ਕੀਤੀਆਂ ਸਿੱਧ ਜੋਗੀ ਇੱਕ ਸਵਾਲ ਕਰਦੇ ਕਹਿੰਦੇ ਮਹਾਰਾਜ ਇੰਨੀ ਲੰਬੀ ਉਦਾਸੀ ਪੈਦਲ ਚੱਲ ਕੇ ਤੁਸੀਂ ਸੈਂਕੜੇ ਹਜ਼ਾਰਾਂ ਮੀਲ ਮੰਦਰਾਂ ਵਿੱਚ ਮੱਠਾਂ ਵਿੱਚ ਫਿਰ ਸਾਡੇ ਕੋਲ ਸੁਮੇਰ ਪਰਬਤ ਉੱਤੇ ਮਹਾਰਾਜ ਇੰਨੀ ਘਾਲਣਾ ਘਾਲਣ ਦੀ ਕੀ ਜ਼ਰੂਰਤ ਹੈ।
ਅਕਾਲ ਪੁਰਖ ਰੱਬ ਦਾ ਨਾਮ ਜਪਣਾ ਜਪਾਉਣਾ ਹੈ, ਇੱਕ ਜਗ੍ਹਾ 'ਤੇ ਬਹਿ ਕੇ ਜਪਾਓ ਜਿਵੇਂ ਅਸੀਂ ਬੈਠੇ ਹਾਂ, ਤੁਸੀਂ ਵੀ ਕਿਤੇ ਬੈਠੋ। ਤਾਂ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਤੋਂ ਉਹਨਾਂ ਸਵਾਲ ਕੀਤਾ, ਮਹਾਰਾਜ ਇੰਨੀ ਲੰਬੀ ਯਾਤਰਾ ਘਾਲਣਾ ਕਿਉਂ? ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਨੇ ਜਵਾਬ ਦਿੱਤਾ, ਕਹਿੰਦੇ ਸਿੱਧ ਜੋਗੀਓ, ਮੈਂ ਇਸ ਧਰਤੀ ਉੱਤੇ ਸਾਧਾਂ ਦੀ ਭਾਲ ਕਰ ਰਿਹਾ, ਸਾਧਾਂ ਦੀ ਮੈਂ ਇਸ ਧਰਤੀ ਉੱਤੇ ਸਾਧ ਪੈਦਾ ਕਰਨ ਵਾਸਤੇ ਤੁਰਿਆ ਹੋਇਆ। ਜੇ ਇਸ ਧਰਤੀ ਉੱਤੇ ਸਾਧ ਪੈਦਾ ਨਾ ਹੋਏ ਤਾਂ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕਿਹਾ ਇਹ ਧਰਤੀ ਗਰਕ ਜਾਏਗੀ, ਮੇਰੀ ਡਿਊਟੀ ਕਾਈ ਖੁਦਾ ਦੇ ਘਰੋਂ ਇਸ ਧਰਤੀ 'ਤੇ ਸੰਤ ਪੈਦਾ ਕਰਨੀ ਹੈ। ਸਾਧ ਸੰਗਤ, ਅੱਜ ਕੱਲ੍ਹ ਤਾਂ ਅਸੀਂ ਸ਼ਬਦ ਹੀ ਕੁਝ ਜਿਹੜੇ ਸਨਮਾਨਯੋਗ ਸਨ ਉਹਨਾਂ ਨੂੰ ਅਪਮਾਨਯੋਗ ਕਰ ਲਿਆ ਆਪਣੇ ਆਪ, ਕਿਉਂਕਿ ਸਾਡੀ ਭਾਸ਼ਾ ਤਬਦੀਲ ਹੋ ਗਈ, ਸਾਡੇ ਅੰਦਰੋਂ ਭਾਵਨਾ ਅਤੇ ਸ਼ਰਧਾ ਅਲੋਪ ਹੋ ਰਹੀ ਹੈ। ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਤੋਂ ਸਿੱਧ ਜੋਗੀ ਪੁੱਛਦੇ, ਮਹਾਰਾਜ ਇਹ ਭ੍ਰਮਣ ਕਿਉਂ ਕਰ ਰਹੇ ਹੋ? ਪਾਤਸ਼ਾਹ ਨੇ ਕਿਹਾ ਧਰਤੀ ਨੂੰ ਸਹਾਰਾ ਦੇਣ ਵਾਸਤੇ ਸਾਧ ਚਾਹੀਦੇ ਨੇ, ਔਰ ਮੈਂ ਇਸ ਧਰਤੀ ਉੱਤੇ ਸਾਧ ਪੈਦਾ ਕਰ ਰਿਹਾ, ਇਹ ਰੱਬ ਦੇ ਘਰੋਂ ਮੇਰੀ ਡਿਊਟੀ ਲੱਗੀ। ਕੋਏ ਨਾ ਥੰਮੈ ਸਾਧ ਬਿਨ, ਸਾਧ ਨਾ ਦਿਸੈ ਜੱਗ ਵਿੱਚ ਕੋਆ। ਸ਼੍ਰੀਮਾਨ ਭਾਈ ਗੁਰਦਾਸ ਸਾਹਿਬ ਲਿਖਦੇ, ਮਹਾਰਾਜ ਨੇ ਕਿਹਾ ਸਾਧੂ ਤੋਂ ਬਗੈਰ ਧਰਤੀ ਨੂੰ ਕੋਈ ਸਹਾਰਾ ਨਹੀਂ ਦੇ ਸਕਦਾ। ਇਸ ਧਰਤੀ 'ਤੇ ਸੰਤ ਹੋਣਾ ਜ਼ਰੂਰੀ ਹੈ, ਜੇ ਧਰਤੀ 'ਤੇ ਸਾਧ ਨਾ ਹੋਵੇ, ਸੰਤ ਨਾ ਹੋਵੇ, ਇਹ ਧਰਤੀ ਗਰਕ ਜਾਏਗੀ। ਸਾਧ ਸੰਗਤ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਪੜ੍ਹੋ ਤਾਂ ਪਾਤਸ਼ਾਹ ਨੇ ਬਾਣੀ ਅੰਦਰ ਬਚਨ ਕਿਹਾ, ਜਿਸ ਜਗ੍ਹਾ ਉੱਤੇ ਰੱਬ ਦਾ ਦਾਸ, ਸੇਵਕ, ਸਾਧੂ, ਸੰਤ ਬਹਿ ਜਾਏ। ਸਾਧ ਸੰਗਤ ਤੋਂ ਅਸਥਾਨ ਤਾਂ ਵੱਡਾ ਹੈ ਹੀ ਹੈ, ਪਰ ਦੁਨੀਆਂ ਵਿੱਚ ਜਿੰਨੇ ਵੀ ਤੀਰਥ ਹਨ, ਸਭ ਤੀਰਥਾਂ ਨਾਲੋਂ ਵੱਡੀ ਜੇ ਕੋਈ ਵਡਿਆਈ ਦਿੱਤੀ ਤੇ ਰੱਬ ਨੇ ਆਪਣੇ ਦਾਸ ਨੂੰ ਦਿੱਤੀ, ਇਹ ਠੀਕ ਹੈ। ਧਰਤੀ ਉੱਤੇ ਤੀਰਥ ਵੀ ਵੱਡੇ ਨੇ, ਪਰ ਤੀਰਥ ਨਾਲੋਂ ਵੱਡਾ ਰੱਬ ਦਾ ਦਾਸ ਹੈ, ਕਿਉਂਕਿ ਜਿਹੜੀ ਜਗ੍ਹਾ 'ਤੇ ਬਹਿ ਜਾਓ ਧਰਤੀ ਤੀਰਥ ਬਣ ਜਾਂਦੀ। ਭਗਤ ਕਬੀਰ ਸਾਹਿਬ ਦੀਆਂ ਦਾ ਇੱਕ ਬਚਨ ਹੈ, ਉਹ ਕਹਿੰਦੇ ਨੇ ਝਗੜਾ ਏਕ ਨਵੇਰੋ ਰਾਮ, ਹੇ ਰੱਬ ਜੀ ਇੱਕ ਝਗੜਾ ਦੂਰ ਕਰੋ, ਮੇਰੇ ਮਨ ਵਿੱਚ ਸ਼ੰਕਾ ਹੈ। ਝਗੜੇ ਦਾ ਅਰਥ ਸ਼ੰਕਾ, ਦੇਖੋ ਸ਼ੰਕਾ ਹੋਣਾ ਮਾੜੀ ਗੱਲ ਨਹੀਂ, ਤਰਕ ਹੋਣਾ ਚਾਹੀਦਾ, ਪਰ ਸਾਧ ਸੰਗਤ ਤੋਂ ਤਰਕ ਇਕੱਲਾ ਦਿਮਾਗੀ ਨਾ ਹੋਵੇ, ਉਹਦੇ ਨਾਲ ਦਿਲ ਜੁੜਿਆ ਹੋਣਾ ਚਾਹੀਦਾ। ਜਿਹੜੇ ਤਰਕ ਸਿਰਫ ਦਿਮਾਗ ਤੋਂ ਉਪਜਦੇ ਨੇ ਉਹ ਲੋਕਾਂ ਦੀ ਸਿਰਦਰਦੀ ਦਾ ਕਾਰਨ ਬਣਦੇ ਨੇ, ਉਹਨਾਂ ਵਿੱਚੋਂ ਨਿਕਲਦਾ ਕੁਝ ਨਹੀਂ। ਸ਼ੰਕਾ ਕੋਈ ਮਾੜੀ ਗੱਲ ਨਹੀਂ, ਕਿਸੇ ਨੂੰ ਪਰਖਣ ਵਾਸਤੇ ਉਹਦੇ 'ਤੇ ਸ਼ੰਕਾ ਹੁੰਦਾ। ਮੈਂ ਇੱਕ ਦਿਨ ਲਾਈਵ ਟੈਲੀਵਿਜ਼ਨ ਤੋਂ ਵੀ ਇੱਕ ਬੇਨਤੀ ਕਹੀ, ਆਪਣੇ ਸਾਰਿਆਂ ਦੇ ਕੰਮ ਆਏਗਾ। ਬੱਚੇ ਦੀ ਸ਼ਾਦੀ ਤੋਂ ਪਹਿਲਾਂ, ਚਾਰ ਲਾਵਾਂ ਆਨੰਦ ਕਾਰਜ ਤੋਂ ਪਹਿਲਾਂ ਦੋਵਾਂ ਪਰਿਵਾਰਾਂ ਨੂੰ ਇੱਕ ਦੂਜੇ ਬਾਰੇ ਪਤਾ ਕਰਵਾ ਲੈਣਾ ਚਾਹੀਦਾ। ਇਹਦੇ ਵਿੱਚ ਕੋਈ ਮਾੜੀ ਗੱਲ, ਕੋਈ ਗਲਤ ਗੱਲ ਨਹੀਂ। ਲੜਕੀ ਵਾਲੇ ਚੰਗੀ ਤਰ੍ਹਾਂ ਲੜਕੇ ਦੇ ਪਰਿਵਾਰ ਬਾਰੇ, ਲੜਕੇ ਬਾਰੇ ਪਤਾ ਕਰਵਾਉਣ, ਉਹਦੇ ਬਾਰੇ ਪੁੱਛਗਿੱਛ ਕਰਨ, ਇਹਦੇ ਵਿੱਚ ਕੋਈ ਮਾੜੀ ਗੱਲ ਨਹੀਂ। ਕਿਉਂਕਿ ਸੱਜਣੋ, ਇਹ 2-4-10 ਦਿਨਾਂ ਦੀ ਖੇਡ ਨਹੀਂ, ਇਹ ਆਖਰੀ ਸਵਾਸ ਤੱਕ, ਸਿਵਿਆਂ ਤੱਕ, ਸਾਧ ਸੰਗਤ ਲਾਵਾਂ ਤੋਂ ਲੈ ਕੇ ਸਿਵਿਆਂ ਤੱਕ ਨਿਭਣ ਨਿਭਣ ਵਾਲੀ ਉਹ ਰਿਸ਼ਤੇਦਾਰੀ, ਉਹ ਸਾਂਝ, ਉਹ ਰਿਸ਼ਤਾ ਹੈ, ਜਿਹਨੇ ਪਰਤ ਕੇ ਉਸੇ ਰਿਸ਼ਤੇ ਨੇ ਪੁੱਤਰ ਪੋਤਰੇ ਅਤੇ ਪੜਪੋਤਿਆਂ ਨੂੰ ਜਨਮ ਦੇਣਾ, ਉਸੇ ਰਿਸ਼ਤੇ ਨੇ ਅੱਗੇ ਜਾ ਕੇ ਵੰਸ਼ ਵਧਾਉਣੀ। ਉਹਦੇ ਬਾਰੇ, ਲੜਕੀ ਬਾਰੇ, ਲੜਕੇ ਦੇ ਪਰਿਵਾਰ ਬਾਰੇ ਪੁੱਛ ਲੈਣ, ਔਰ ਲੜਕੇ ਵਾਲੇ ਉਹ ਲੜਕੀ ਦੇ ਪਰਿਵਾਰ ਬਾਰੇ ਚੰਗੀ ਤਰ੍ਹਾਂ ਪਤਾ ਕਰਵਾ ਲੈਣ। ਪਤਾ ਕਰਵਾਉਣਾ, ਪੁੱਛਣਾ ਮਾੜੀ ਗੱਲ ਨਹੀਂ, ਪਰ ਸਾਧ ਸੰਗਤ ਚਾਰ ਲਾਵਾਂ ਤੋਂ ਪਹਿਲਾਂ ਸ਼ੰਕਾ ਕਰ ਲੈਣਾ ਚਾਹੀਦਾ। ਜਿੱਦਣ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਤਾਬਿਆਂ ਵਿੱਚ ਚਾਰ ਲਾਵਾਂ ਹੋ ਜਾਣ, ਜਿੱਦਣ ਉਹ ਧਨ ਅਤੇ ਪਿਰਪਤੀ ਅਤੇ ਪਤਨੀ ਬਣ ਜਾਣ, ਸਾਧ ਸੰਗਤ ਚਾਰ ਲਾਵਾਂ ਤੋਂ ਬਾਅਦ ਸ਼ੰਕਾ ਕਰਨਾ ਬਹੁਤ ਗਲਤ ਹੈ। ਜਿਹੜੇ ਲੋਕ ਆਨੰਦ ਕਾਰਜ ਚਾਰ ਲਾਵਾਂ ਤੋਂ ਬਾਅਦ ਇੱਕ ਦੂਜੇ 'ਤੇ ਸ਼ੱਕ ਕਰਦੇ ਨੇ, ਉਹਨਾਂ ਦੀ ਜ਼ਿੰਦਗੀ ਨਰਕ ਬਣ ਜਾਂਦੀ। ਕਹਿਣ ਤੋਂ ਭਾਵ, ਗੁਰੂ ਧਾਰਨ ਕਰਨ ਤੋਂ ਪਹਿਲਾਂ ਸ਼ੱਕ ਕਰ ਲੈਣੀ ਚਾਹੀਦੀ। ਆਪਣੇ ਗੁਰੂ ਦੀ ਸਮਰੱਥਾ ਬਾਰੇ ਸਿੱਖ ਨੂੰ ਚੰਗੀ ਤਰ੍ਹਾਂ ਵਾਕਫੀਅਤ ਹੋਣੀ ਚਾਹੀਦੀ, ਆਪਣੇ ਗੁਰੂ ਦੀ ਸਮਰੱਥਾ ਦਾ ਸਿੱਖ ਨੂੰ ਗਿਆਨ ਹੋਣਾ ਚਾਹੀਦਾ। ਪਰ ਸਾਧ ਸੰਗਤ, ਸਿੱਖ ਬਣਨ ਤੋਂ ਬਾਅਦ ਸਿੱਖ ਕਦੇ ਗੁਰੂ ਉੱਤੇ ਸ਼ੱਕ ਨਾ ਕਰੇ। ਜਿਹੜਾ ਸਿੱਖ ਬਣਨ ਤੋਂ ਬਾਅਦ ਵੀ ਸ਼ੱਕ ਕਰਦਾ, ਉਹ ਲੋਕ ਵੀ ਗਵਾ ਬੈਂਦਾ ਅਤੇ ਪਰਲੋਕ ਵੀ ਗਵਾ ਜਾਂਦਾ। ਉਹਨਾਂ ਨੂੰ ਪਾਤਸ਼ਾਹ ਨੇ ਕਿਹਾ, ਇਹ ਲੋਕ ਕਹਿਓ ਪਰਲੋਕ ਗਵਾਇਓ। ਉਹਨਾਂ ਬੰਦਿਆਂ ਦੇ ਲੋਕ ਪਰਲੋਕ ਖੁਆਰ ਹੁੰਦੇ ਨੇ
ਜਿਹੜੇ ਸਿੱਖ ਬਣਨ ਤੋਂ ਬਾਅਦ ਸ਼ੱਕ ਕਰਦੇ। ਇਸ ਲਈ ਆਪਣੇ ਗੁਰੂ ਦੀ ਸਮਰੱਥਾ ਬਾਰੇ ਪਹਿਲਾਂ ਸਿੱਖ ਨੂੰ ਚੰਗੀ ਤਰ੍ਹਾਂ ਗਿਆਨ ਲੈ ਲੈਣਾ ਚਾਹੀਦਾ, ਪਰ ਬਾਅਦ ਵਿੱਚ ਸ਼ੰਕਾ ਕਰਨਾ ਉਹ ਆਪਣਾ ਲੋਕ ਤੇ ਪ੍ਰਲੋਕ ਖੁਆਰ ਕਰ ਲਏਗਾ। ਹੁਣ ਇਹਨੂੰ ਬੇਨਤੀ ਸਮਝ। ਭਗਤ ਕਬੀਰ ਸਾਹਿਬ ਜੀ ਨੇ ਬਚਨ ਕਿਹਾ, ਮੈਨੂੰ ਇੱਕ ਸ਼ੱਕ ਹੈ ਰੱਬ ਦੀ, ਉਹ ਮੇਰਾ ਝਗੜਾ ਦੂਰ ਕਰੋ। ਝਗੜਾ ਇੱਕ ਨਵੇਰੋ ਰਾਮ ਜੋ ਤੁਮ ਆਪਣੇ ਜਨ ਸੌ ਕਾਮ। ਜੇ ਰੱਬ ਦੀ ਤੈਨੂੰ ਆਪਣੇ ਜਨ ਨਾਲ ਕੰਮ ਭਾਵ ਪਿਆਰ ਹੈ, ਤੈਨੂੰ ਮੇਰੇ ਤੇ ਕੰਮ ਹੈ, ਮੈਨੂੰ ਤੇਰੇ ਤੇ ਕੰਮ ਹੈ, ਇੱਕ ਦੂਜੇ ਦੇ ਕੰਮ ਤਾਂ ਆ ਸਕਾਂਗੇ। ਪਹਿਲਾਂ ਸ਼ੰਕਾ ਦੂਰ ਕਰੋ, ਪਹਿਲਾਂ ਇਹ ਝਗੜਾ ਨਵੇੜੋ। ਪੁੱਛਿਆ ਕੀ ਝਗੜਾ ਹੈ, ਉਹਦੇ ਵਿੱਚ ਤਿੰਨ ਚਾਰ ਸਵਾਲ ਕੀਤੇ ਨੇ, ਨਾਲ ਨਾਲ ਹੀ ਜਵਾਬ ਹੈ। ਉਸੇ ਸ਼ਬਦ ਵਿੱਚ ਇੱਕ ਪੰਕਤੀ ਆਈ ਹੈ, ਸਵਾਲ ਕੀਤਾ, ਕਹਿੰਦੇ ਨੇ ਵੇਦ ਵੱਡਾ ਕਿ ਜਹਾਂ ਤੇ ਆਇਆ, ਰੱਬ ਜੀ ਦੱਸੋ ਬ੍ਰਹਮਾ ਵੱਡਾ ਕਿ ਜਾਸੋ ਪਾਇਆ, ਵੇਦ ਵੱਡਾ ਕਿ ਜਹਾਂ ਤੇ ਆਇਆ, ਦੱਸੋ ਬ੍ਰਹਮਾ ਵੱਡਾ ਹੈ ਜਾਂ ਜਿੱਥੋਂ ਬ੍ਰਹਮਾ ਪੈਦਾ ਹੋਇਆ ਉਹ ਵੱਡਾ। ਤੇ ਜਵਾਬ ਹੈ ਕਿ ਜਹਾਂ ਤੇ ਆਇਆ, ਜਿੱਥੋਂ ਬ੍ਰਹਮਾ ਆਇਆ ਉਹ ਰੱਬ ਵੱਡਾ, ਇਕੱਲਾ ਬ੍ਰਹਮਾ ਦੇਵਤਾ ਨਹੀਂ, ਉਹਦੇ ਨਾਲੋਂ ਵੱਡਾ ਉਹਨੂੰ ਪੈਦਾ ਕਰਨ ਵਾਲਾ। ਬ੍ਰਹਮਾ ਵੱਡਾ ਕਿ ਜਾਸੋ ਪਾਇਆ, ਜਿਹਨੇ ਉਹਨੂੰ ਪੈਦਾ ਕੀਤਾ ਉਹ ਵੱਡਾ। ਅਗਲੀ ਗੱਲ, ਵੇਦ ਵੱਡਾ ਕਿ ਜਹਾਂ ਤੇ ਆਇਆ, ਬ੍ਰਹਮਾ ਦੇ ਲਿਖੇ ਹੋਏ ਵੇਦ ਵੱਡੇ ਨੇ ਜਾਂ ਜਿੱਥੋਂ ਰੱਬ ਨੇ ਗਿਆਨ ਕੱਲਿਆ ਉਹ ਵੱਡਾ। ਤੇ ਜਵਾਬ ਸੀ ਜਿੱਥੋਂ ਉਹ ਆਏ ਨੇ, ਰੱਬ ਦੇ ਘਰੋਂ ਗਿਆਨ ਆਇਆ। ਆਖਰੀ ਪੰਕਤੀ ਕਹੀ, ਕਹਿੰਦੇ ਕਹੇ ਕਬੀਰ ਹੋ ਭਇਆ ਉਦਾਸ, ਮੇਰਾ ਮਨ ਉਦਾਸ ਹੈ ਸ਼ੰਕੇ ਵਿੱਚ ਹੈ, ਝਗੜਾ ਇਹ ਹੈ ਕਿ ਤੀਰਥ ਵੱਡਾ ਕਿ ਹਰ ਕਾ ਦਾਸ। ਰੱਬ ਜੀ ਦੱਸੋ ਦਾਸ ਵੱਡਾ ਕਿ ਤੀਰਥ ਵੱਡੇ ਨੇ। ਰੱਬ ਨੇ ਜਵਾਬ ਦਿੱਤਾ ਹਰ ਕਾ ਦਾਸ, ਰੱਬ ਦਾ ਦਾਸ ਵੱਡਾ। ਕਿਉਂ? ਉਹ ਸੱਜਣੋ ਜਿੱਥੇ ਰੱਬ ਦੇ ਦਾਸ ਬਹਿ ਜਾਣ, ਚਰਨ ਪਾ ਦੇਣ, ਉਹ ਆਮ ਧਰਤੀ ਵੀ ਤੀਰਥ ਬਣ ਜਾਂਦੀ ਹੈ। ਇਸ ਲਈ ਤੀਰਥ ਜ਼ਰੂਰ ਵੱਡੇ ਨੇ, ਪਰ ਤੀਰਥਾਂ ਨਾਲੋਂ ਵੱਡਾ ਰੱਬ ਦਾ ਦਾਸ ਹੈ। ਉਹ ਜੰਗਲ ਵਿੱਚ ਵੀ ਜਾ ਕੇ ਪੈਰ ਪਾ ਦੇ, ਉਸ ਧਰਤੀ ਉੱਤੇ ਮੰਗਣ ਲੱਗ ਜਾਂਦੇ, ਧਰਤੀ ਉਹਨੂੰ ਪੂਜਣ ਲੱਗ ਪੈਂਦੀ ਹੈ। ਉਹਨੂੰ ਸਾਹਿਬ ਦੀ ਬਾਣੀ ਨੇ ਕਿਹਾ ਕਿ ਕਬੀਰ ਸੋਈ ਮੁਖ ਧੰਨ ਹੈ, ਜੇ ਮੁਖ ਕਹੀਏ ਰਾਮ, ਦੇਹੀ ਕਿਸ ਕੀ ਬਾਪਰੀ, ਪਵਿੱਤਰ ਹੋਏ ਗੋਗ੍ਰਾਮ। ਕਹਿੰਦੇ ਉਹ ਸਰੀਰ ਤਾਂ ਕੀ ਜਿਹੜਾ ਨਾਮ ਜਪਦਾ, ਸੱਜਣੋ ਜਿੱਥੇ ਉਹ ਜਪਣ ਵਾਲਾ ਰਹਿਣ ਲੱਗਦਾ, ਉਹ ਪੂਰੇ ਦਾ ਪੂਰਾ ਗ੍ਰਾਮ ਪਵਿੱਤਰ ਹੋ ਜਾਂਦਾ। ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕਿਹਾ, ਮੈਂ ਸਾਧ ਪੈਦਾ ਕਰ ਰਿਹਾ ਧਰਤੀ, ਇਸ ਧਰਤੀ ਨੂੰ ਸਹਾਰਾ ਸਾਧ ਦੇ ਸਕਦੇ ਨੇ। ਜੇ ਧਰਤੀ ਤੇ ਸੰਤ ਨਾ ਰਿਹਾ, ਇਹ ਧਰਤੀ ਗਰਕ ਜਾਏਗੀ। ਫਿਰ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਨੇ ਪੂਰੀ ਸ੍ਰਿਸ਼ਟੀ ਦਾ, ਧਰਤੀ ਦਾ ਭ੍ਰਮਣ ਕੀਤਾ ਜੀ। ਹੁਣ ਇੱਕ ਬੇਨਤੀ ਸਮਝੋ, ਜਿੱਥੇ ਜਿੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਗਏ, ਚਾਰੇ ਉਦਾਸੀਆਂ ਦਾ ਇਤਿਹਾਸ ਆਪਣੇ ਸਾਹਮਣੇ ਸੰਖੇਪ ਵਿੱਚ ਲਿਆਇਓ। ਉਹਦੇ ਵਿੱਚ ਉਂਗਲੀਆਂ ਤੇ ਗਿਣਨ ਵਾਲੇ ਰਾਜਿਆਂ ਕੋਲ ਗੁਰੂ ਨਾਨਕ ਸਾਹਿਬ ਮਹਾਰਾਜ ਗਏ। ਬਾਬਰ ਨਾਲ ਭੇਂਟ ਹੁੰਦੀ ਹੈ ਸੈਦਪੁਰ ਦੀ ਧਰਤੀ ਤੇ ਅਹਿਮਦਾਬਾਦ। ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਸੰਗਲਾ ਦੀਪ ਦੇ ਰਾਜੇ, ਸ਼੍ਰੀ ਲੰਕਾ ਦੇ ਰਾਜੇ ਸ਼ਿਵਨਾਭ ਨੂੰ ਮਿਲਦੇ। ਉਂਗਲੀਆਂ ਤੇ ਗਿਣਨ ਵਾਲੇ ਰਾਜਿਆਂ ਕੋਲ ਗਏ। ਅਮੀਰਾਂ ਦੀ ਗੱਲ ਕਰੋ ਤੇ ਲਾਹੌਰ ਦਾ ਦੁਨੀ ਚੰਦ, ਅਮੀਰਾਂ ਦੀ ਗੱਲ ਕਰੋ ਤੇ ਮਲਕ ਭਾਗੋ, ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਹੋਰ ਕਿਸੇ ਅਮੀਰ ਕੋਲ ਨਹੀਂ। ਉਹ ਤੋਂ ਬਾਅਦ ਜਿੰਨੀਆਂ ਉਦਾਸੀਆਂ ਮਹਾਰਾਜ ਜੀ ਦੇ ਪੜਾ ਹੋਏ, ਇਤਿਹਾਸ ਪੜ੍ਹ ਕੇ ਵੇਖਿਓ ਧਾਰਮਿਕ ਅਸਥਾਨਾਂ ਵੱਲ, ਭਾਵੇਂ ਉਹ ਮੰਦਿਰ ਵਿੱਚ ਕਿਸੇ ਪੁਜਾਰੀ ਕੋਲ ਜਾ ਰਹੇ, ਭਾਵੇਂ ਸਤਿਗੁਰ ਦੀ ਮੱਕੇ ਮਦੀਨੇ ਕਾਜੀਆਂ ਹਾਜੀਆਂ ਕੋਲ ਜਾ ਰਹੇ ਨੇ, ਭਾਵੇਂ ਮਹਾਰਾਜ ਸਿੱਧ ਜੋਗੀਆਂ ਕੋਲ ਸੁਮੇਰ ਪਰਬਤ ਤੇ ਜਾ ਰਹੇ ਨੇ, ਜਿੰਨੀ ਤੀਰਥ ਯਾਤਰਾ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੀਆਂ ਉਦਾਸੀਆਂ, ਸਭ ਧਾਰਮਿਕ ਅਸਥਾਨਾਂ ਵੱਲ। ਕਿਉਂ? ਧਾਰਮਿਕ ਅਸਥਾਨ ਉੱਤੇ ਸਾਧ ਹੋਣਾ ਚਾਹੀਦਾ। ਜਿਸ ਧਾਰਮਿਕ ਅਸਥਾਨ ਤੇ ਸੰਤ ਨਾ ਹੋਵੇ, ਧਾਰਮਿਕ ਅਸਥਾਨ ਤੇ ਜਿਸ ਜਗ੍ਹਾ ਤੇ ਸੰਤ ਬੈਠੇ, ਉਹ ਸੈਂਕੜੇ ਲੱਖਾਂ ਨੂੰ ਹੋਰ ਵੀ ਸੰਤ ਬਣਾ ਸਕਦਾ। ਸੰਤ ਦੀ ਤੁਲਨਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਚੰਦਨ ਦੇ ਰੁੱਖ ਨਾਲ ਦਿੱਤੀ ਹੈ। ਪਾਤਸ਼ਾਹ ਨੇ ਕਿਹਾ, ਜਿੱਥੇ ਚੰਦਨ ਹੋਵੇ, ਉਹਦੇ ਇਰਦ ਗਿਰਦ ਕੌੜੇ ਤੋਂ ਕੌੜਾ ਦਰਖਤ ਵੀ ਹੋਵੇ, ਉਹਦੇ ਵਿੱਚੋਂ ਵੀ ਚੰਦਨ ਦੀ ਖੁਸ਼ਬੂ ਆਉਣ ਲੱਗ ਜਾਏਗੀ। ਚੰਦਨ ਦੇ ਨਜ਼ਦੀਕ ਨਿੰਮ ਹੋਵੇ, ਉਹ ਭਾਵੇਂ ਉਹਦਾ ਸੁਭਾਅ ਵਿੱਚੋਂ ਸਵਾਦ ਕੁੜਤਣ ਵਾਲਾ, ਪਰ ਨਿੰਮ ਵਿੱਚੋਂ ਵੀ ਖੁਸ਼ਬੂ ਆਉਣ ਲੱਗ ਜਾਏਗੀ। ਚੰਦਨ ਦੇ ਨਜ਼ਦੀਕ ਭਾਵੇਂ ਕੌੜੇ ਤੋਂ ਕੌੜਾ ਅਰਿੰਡ ਹੋਵੇ, ਉਹ ਕਿਸੇ ਫਲ ਨੂੰ ਜਨਮ ਨਹੀਂ ਦਿੰਦਾ, ਉਹਦੇ ਫਲ ਕੰਮ ਨਹੀਂ ਆਉਂਦੇ, ਪਰ ਸੱਜਣੋ ਚੰਦਨ ਦੇ ਕੋਲ ਵਸਦਾ ਹੋਵੇ, ਅਰਿੰਡ ਦੀ ਵੀ ਸੋਭਾ ਹੁੰਦੀ, ਉਹਦੇ ਵਿੱਚੋਂ ਵੀ ਖੁਸ਼ਬੂ ਆਉਣ ਲੱਗ ਪੈਂਦੀ। ਇੱਦਾਂ ਸੰਤ ਦੇ ਕੋਲ ਪਾਪੀ ਤੋਂ ਪਾਪੀ ਬੰਦਾ ਰਹਿੰਦਾ ਹੋਵੇ,
ਉਹਦੇ ਵਿੱਚੋਂ ਵੀ ਸ਼ਬਦ ਦੀ ਖੁਸ਼ਬੂ ਆਉਣ ਲੱਗ ਜਾਏਗੀ। ਮਾੜੇ ਤੋਂ ਮਾੜਾ ਮਨੁੱਖ ਸੰਤ ਦੀ ਸ਼ਰਨ ਵਿੱਚ ਆ ਜਾਏ, ਸੰਤ ਦੇ ਅੰਦਰ ਉੱਠਣ ਵਾਲੀਆਂ ਤਰੰਗਾਂ ਉਸ ਬੰਦੇ ਨੂੰ ਵੀ ਨਿਰਮਲ ਕਰ ਦੇਣਗੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਬਚਨ ਕਿਹਾ, ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨਾ ਲੱਗੇ ਜਲਾ, ਉਹ ਇੰਨਾ ਕੁ ਨਿਰਮਲ ਹੈ ਜਿਵੇਂ ਮੈਲੇ ਤੋਂ ਮੈਲਾ ਬੰਦਾ ਪਾਣੀ ਨਾਲ ਇਸ਼ਨਾਨ ਕਰੇ ਤੇ ਮੈਲ ਉੱਤਰ ਜਾਂਦੀ ਹੈ। ਇੱਦਾਂ ਮਲੀਨ ਰੂਹਾਂ ਵਾਲੇ ਲੋਕ ਕਿਸੇ ਸਾਧੂ ਕੋਲ ਆ ਜਾਣ, ਉਹ ਨਿਰਮਲ ਹੋ ਜਾਂਦੇ। ਸੰਤ ਵਿੱਚ ਇੰਨੀ ਨਿਰਮਲਤਾ ਹੀ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਜਦੋਂ ਸਾਧੂ ਨੂੰ ਵਡਿਆਈ ਦਿੱਤੀ ਕਿ ਸੰਤ ਦੇ ਅੰਦਰ ਇਹ ਨਿਰਮਲਤਾ ਹੀ, ਅਕਾਲ ਪੁਰਖ ਰੱਬ ਦੇ ਸ਼ਬਦ ਨਾਮ ਨਾਲ ਆਉਂਦੀ ਹੈ, ਉਹਦੇ ਇਰਦ ਗਿਰਦ ਰਹਿਣ ਵਾਲੇ ਮਲੀਨ ਬੰਦੇ ਵੀ ਨਿਰਮਲ ਹੋਣ ਲੱਗ ਪੈਂਦੇ। ਪਾਤਸ਼ਾਹ ਨੇ ਜਦੋਂ ਚੰਦਨ ਦੀ ਗੱਲ ਕੀਤੀ ਉਦੋਂ ਪ੍ਰਮਾਣ ਤੁਹਾਨੂੰ ਯਾਦ ਹੈ ਜਿੱਥੇ ਮਹਾਰਾਜ ਕਹਿਣਗੇ, ਕਬੀਰ ਚੰਦਨ ਕਾ ਬਿਰਵਾ ਭਲਾ। ਜਿਹੜੀ ਬਾਣੀ ਯਾਦ ਹੋਵੇ ਉਹ ਨਾਲ ਪੜਿਓ, ਤੁਹਾਡੀ ਹਾਜ਼ਰੀ ਲੱਗੇ। ਕਬੀਰ ਚੰਦਨ ਕਾ ਬਿਰਵਾ ਭਲਾ, ਬੇੜਿਓ ਟਾਕ ਪਲਾਸ, ਹੋਏ ਪੀ ਚੰਦਨ ਹੋਏ ਰਹਿ ਵਸੇ ਜੋ ਚੰਦਨ ਬਾਸ। ਜਿਹੜੇ ਚੰਦਨ ਦੇ ਕੋਲ ਹੋਣ ਉਹ ਵੀ ਚੰਦਨ ਵਰਗੇ ਹੋ ਜਾਂਦੇ। ਸੰਤ ਨੂੰ ਚੰਦਨ ਨਾਲ ਤੁਲਨਾ ਕਿਉਂ ਦਿੱਤੀ? ਇੱਕ ਖਿਆਲ ਕਰਿਓ, ਦਰਖਤ ਭਾਵੇਂ ਕਿੰਨਾ ਵੀ ਉੱਚਾ ਹੋਵੇ ਜੀ, ਚੰਦਨ ਨੂੰ ਵਡਿਆਈ ਇਸ ਵਾਸਤੇ ਹੈ, ਚੰਦਨ ਦੂਜੇ ਦਰਖਤਾਂ ਦੇ ਮੁਕਾਬਲੇ ਨੀਵਾਂ ਰਹਿੰਦਾ, ਪਰ ਉਹਦੇ ਵਿੱਚ ਗੁਣ ਦੂਜੇ ਦਰਖਤਾਂ ਦੇ ਮੁਕਾਬਲੇ ਸੈਂਕੜੇ ਗੁਣਾਂ ਵੱਧ ਹੁੰਦੇ ਨੇ। ਸੰਤ ਦੀ ਇੱਕੋ ਹੀ ਨਿਸ਼ਾਨੀ, ਉਹ ਨਿਮਰਤਾ ਵਿੱਚ ਨਿਰਮਾਣਤਾ ਵਿੱਚ ਰਹਿੰਦਾ। ਸਿੱਖੀ ਦੀ ਨਿਸ਼ਾਨੀ ਜਦੋਂ ਤੁਸੀਂ ਪੜ੍ਹੋ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋ, ਉਹਦੇ ਵਿੱਚ ਗੁਰਮੁਖ ਸਾਧ ਸੰਤ ਸਾਧੂ ਬ੍ਰਹਮ ਗਿਆਨੀ ਸਭ ਹਸਤੀਆਂ ਦੇ ਨਾਮ ਲਏ ਨੇ, ਪਰ ਵਿਚਲੇ ਗੁਣਾਂ ਦੀ ਗੱਲ ਕਰਿਓ ਤੁਹਾਨੂੰ ਸਭ ਤੋਂ ਵੱਡਾ ਇੱਕ ਗੁਣ ਨਜ਼ਰ ਆਏਗਾ, ਜਿਹਦੇ ਅੰਦਰ ਅੱਤ ਦੀ ਨਿਰਮਾਣਤਾ ਹੈ, ਉਹਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਸਿੱਖ ਵੀ ਕਿਹਾ, ਗੁਰਮੁਖ ਵੀ ਕਿਹਾ ਤੇ ਸੰਤ ਵੀ ਕਿਹਾ। ਜਿਹਦੇ ਅੰਦਰ ਨਿਮਰਤਾ ਨਹੀਂ ਉਹ ਕਿਸੇ ਵੀ ਮੁਕਾਮ ਤੇ ਨਹੀਂ ਪਹੁੰਚੇਗਾ। ਸਿੱਖੀ ਦੀ ਨਿਸ਼ਾਨੀ ਭਾਈ ਗੁਰਦਾਸ ਸਾਹਿਬ ਨੇ ਕਿਹਾ ਹੈ ਹੀ ਨਿਮਰਤਾ। ਉਦਾਹਰਨ ਦਿੱਤੀ ਤੇ ਧਰਤੀ ਪੈਰਾਂ ਹੇਠ ਹੈ, ਧਰਤੀ ਹੇਠ ਵਸੰਦਾ ਪਾਣੀ, ਪਾਣੀ ਚੱਲੇ ਨਿਮਾਣ ਨੂੰ, ਨਿਰਮਲ ਸ਼ੀਤਲ ਸ਼ੁੱਧ ਪ੍ਰਾਣੀ, ਬਹੁ ਰੰਗੀ ਇੱਕ ਰੰਗ ਹੋਏ, ਸਭਨਾ ਅੰਦਰ ਇੱਕੋ ਜਾਣੀ, ਤਪਦਾ ਪਰ ਉਪਕਾਰ ਨੂੰ, ਠੰਡੇ ਪਰ ਉਪਕਾਰ ਬਿਹਾਣੀ। ਅਖੀਰ ਤੇ ਕਹਿਣਗੇ ਗੁਰਸਿੱਖੀ ਦੀ ਇਹ ਨਿਸ਼ਾਨੀ। ਨਿਮਰਤਾ ਵਿੱਚ ਨਿਰਮਾਣਤਾ ਹੀ ਗੁਰਸਿੱਖੀ ਦੀ ਨਿਸ਼ਾਨੀ ਹੈ। ਸਾਧੂ ਦੇ ਅੰਦਰ ਅੱਤ ਦੀ ਨਿਮਰਤਾ ਹੈ। ਸਾਧ ਸੰਗਤ ਜਦੋਂ ਸੰਤ ਦੀ ਭਗਤ ਦੀ ਗੁਰਮੁਖ ਦੀ ਵਡਿਆਈ ਕਹੀ, ਉਦੋਂ ਮਹਾਰਾਜ ਨੇ ਕਿਹਾ, ਮਤ ਹੁੰਦੀ ਹੋਏ ਆਣਾ, ਤਾਣ ਹੁੰਦੇ ਹੋਏ ਨਿਤਾਣਾ, ਅਣ ਹੁੰਦੇ ਆਪ ਵੰਡਾਏ, ਕੋ ਐਸਾ ਭਗਤ ਸਦਾਏ, ਇੱਕ ਫਿੱਕਾ ਨਾ ਗਲਾਏ, ਸਭਨਾ ਮੈਂ ਸੱਚਾ ਧਣੀ। ਸਾਧੂ ਦੀ ਨਿਸ਼ਾਨੀ ਉਹ ਅੱਤ ਦੀ ਨਿਰਮਾਣਤਾ ਵਿੱਚ ਰਹਿੰਦਾ ਹੈ। ਜਦੋਂ ਉਹ ਨਿਮਰਤਾ ਵਿੱਚ ਰਹਿੰਦਾ ਹੈ, ਉਹਦੇ ਅੰਦਰ ਅਕਾਲ ਪੁਰਖ ਰੱਬ ਦੇ ਗੁਣ ਭਰਨੇ ਸ਼ੁਰੂ ਹੋ ਜਾਂਦੇ। ਅਨੇਕਾਂ ਉਦਾਹਰਣਾਂ ਤੁਸੀਂ ਕਥਾ ਵਿੱਚ ਸੁਣਦੇ ਰਹਿੰਦੇ। ਕਿਸੇ ਘੜੇ ਵਿੱਚੋਂ ਪਾਣੀ ਲੈਣਾ ਹੋਵੇ, ਜਿਹਨੇ ਪਾਣੀ ਪ੍ਰਾਪਤ ਕਰਨਾ ਉਹਨੂੰ ਘੜੇ ਅੱਗੇ ਝੁਕਣਾ ਪੈਂਦਾ, ਬਰਤਨ ਤਾਂ ਭਰਦਾ ਜਿਹੜਾ ਘੜੇ ਦੇ ਅੱਗੇ ਝੁਕ ਜਾਏ। ਤੇ ਸਾਧ ਸੰਗਤ, ਇੱਦਾਂ ਰੱਬ ਦੇ ਅੱਗੇ ਸੰਸਾਰ ਵਿੱਚ ਰਹਿਣ ਵਾਲਾ ਸਰੀਰਧਾਰੀ ਸੰਤ ਜਦੋਂ ਉਹ ਨਿਮਰਤਾ ਵਿੱਚ ਰਹਿੰਦਾ, ਉਹਦੇ ਅੰਦਰ ਦੋਵੇਂ ਗੁਣ ਭਰਨੇ ਸ਼ੁਰੂ ਹੋ ਜਾਂਦੇ ਨੇ। ਉਹ ਸੰਤ ਵੀ ਬਣਦਾ ਤੇ ਸਿਪਾਹੀ ਵੀ ਬਣਦਾ। ਸਿਪਾਹੀ ਦਾ ਅਰਥ ਕੀ? ਉਹ ਬੇਪਰਵਾਹ ਹੋਣ ਲੱਗ ਜਾਂਦਾ, ਉਹਦਾ ਪਹਿਰਾਵਾ ਵੇਖ ਕੇ ਦੁਨੀਆ ਨੂੰ ਭੁਲੇਖਾ ਪੈ ਜਾਂਦਾ, ਉਹ ਕਿਸੇ ਪਹਿਰਾਵੇ ਦਾ ਮੁਥਾਜ ਨਹੀਂ ਰਹਿੰਦਾ, ਉਹ ਕਿਸੇ ਬਣਾਏ ਹੋਏ ਰਸਤੇ ਦਾ ਮੁਥਾਜ ਨਹੀਂ, ਉਹ ਆਪਣੇ ਰਾਹ ਆਪ ਬਣਾਉਣ ਲੱਗ ਪੈਂਦਾ। ਕਿਉਂ? ਸਾਧ ਸੰਗਤ, ਜਦੋਂ ਸੰਤ ਦੀ ਜਪਣ ਵਾਲੇ ਦੀ ਵਡਿਆਈ ਵੇਖੋਗੇ, ਪਾਤਸ਼ਾਹ ਨੇ ਕਿਹਾ ਉਹ ਨਦੀ ਨਹੀਂ ਰਹਿੰਦਾ, ਉਹ ਸਾਗਰ ਹੋ ਜਾਂਦਾ। ਜਿਹੜੇ ਸਿੱਖ ਨੇ ਜੀ, ਆਪਾਂ ਨੂੰ ਨਦੀ ਨਾਲ ਵਡਿਆਈ ਦਿੱਤੀ, ਗੁਰੂ ਸਮੁੰਦ ਨਦੀ ਸਭ ਸਿੱਖੀ ਨਹਾਤੇ ਜਿੱਤ ਵਡਿਆਈ। ਜਿੱਦਣ ਸਾਧੂ ਸੰਤ ਦੀ ਵਡਿਆਈ ਕਹੀ, ਉਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕਿਹਾ ਉਹ ਸਾਗਰ ਹੋ ਜਾਂਦਾ, ਉਹ ਗੁਰੂ ਵਿੱਚ ਮਿਲ ਕੇ ਸਮੁੰਦਰ ਬਣ ਜਾਂਦਾ। ਨਦੀਆਂ ਕਿਸੇ ਕੰਢਿਆਂ ਦੇ ਵਿਚਕਾਰ ਚੱਲਦੀਆਂ ਨੇ, ਸਾਗਰ ਸਮੁੰਦਰ ਕਿਸੇ ਦਾ ਗੁਲਾਮ ਨਹੀਂ, ਉਹ ਆਪਣਾ ਰਸਤਾ ਆਪ ਬਣਾ ਕੇ ਤੁਰਦਾ। ਸਤਿਗੁਰ ਦੀ ਬਾਣੀ ਪੜ੍ਹੋ, ਜਪਜੀ ਸਾਹਿਬ ਵਿੱਚ ਹੀ ਜਵਾਬ ਮਿਲ ਜਾਏਗਾ, ਜਿੱਥੇ ਹਜ਼ੂਰ ਨੇ ਕਿਹਾ ਸਾਲਾਹੀ ਸਾਲਾ, ਜਿਨ੍ਹਾਂ ਦੀ ਸੁਰਤੀ ਨੇ ਰੱਬ ਦੀ ਸਿਫਤ ਸਲਾਹ ਵਿੱਚ ਜੁੜੀ, ਜਿਨ੍ਹਾਂ ਦੀ ਸੁਰਤ ਰੱਬ ਦੀ ਸਿਫਤ ਸਲਾਹ ਵਿੱਚ ਜੁੜੀ, ਉਹ ਕੀ ਬਣ ਗਏ? ਸਰੀਰਧਾਰੀ ਮਨੁੱਖ ਉਹ ਬਣ ਕੀ ਗਏ? ਉਹਨਾਂ ਨੂੰ ਪਾਤਸ਼ਾਹ ਨੇ ਕਿਹਾ ਹੈਨ ਤੇ ਉਹ ਸਰੀਰਧਾਰੀ,
पर सुरत शब्द में जुड़न करके वह बन की जाते हैं। जिमें नदी ते वहा दा पानी किसी सागर में डिग जाए, नदियां दे नाम मिट जाते हैं, वह सागर हो जाते। दरिया वगदे जी उन्हों कोई व्यास कहिंदे, किसी नूं रावी, किसी नूं चिनाब, किसी नदी नूं गंगा, सरस्वती, गोदावरी, जमुना कहणगे, पर जिदन उहदा पानी सागर में डिग जाए वह समुंदर का रूप हो जाता है। पातशाह ने कहा साला ही साला इत्ती सुरत ना पाईआ, नदियां अतै वाह पवें समुंद ना जानी है। जिदन वह पानी समुंदर में डिग जाए वह सागर का रूप हो जाता है। सागर किसी का गुलाम नहीं, वह बेपरवाह रहिंदा है। बेपरवाह नूं ही पातशाह ने सपाई के, उन्हूं किसी की परवाह नहीं। संत ही बेपरवाही वल तुरदा है। क्यों सा संगत, एक शब्द आसा राग अंदर पढ़ो, उत्थे गुरु अर्जन देव महाराज ने कहा संत की कोई व्याख्या नहीं, संत की सिर्फ वड्याई है। व्याख्या उहदी हुंदी है जिहड़ा किसी सीमा में हो। दरियावां की व्याख्या हो जाती है क्योंकि किते जाके वह दरिया मुकदा है, दरिया कंडिया में रहिंदा है। नदी की व्याख्या है, एक शहर की कोई व्याख्या कर सकता है कितनी जनसंख्या है, एक देश की व्याख्या हो सकती है कितनियां यूनिवर्सिटियां, कितने एयरपोर्ट, कितने उहदे अंदर हॉस्पिटल, कितने विद्या केंद्र ने। माफ करियो, जिहड़ी चीज असीम होवे उहदी कोई व्याख्या नहीं। संत की कोई व्याख्या हो नहीं सकती, संत शब्दों तो परे जल जाता है। सतगुरु, संत ते रब, तीन हस्तियां की व्याख्या गल्लां तो बाहर हो जाएगी, वह कथन तो बाहर है। पातशाह ने कहा उहदी सिर्फ वड्याई हो सकती है, व्याख्या नहीं। महाराज जी क्यों? कहन लगे वह असीम हो जाता है, रहिंदा शरीर विच है, पर उहदी सुरत रब विच मिलन करके वह रब वर्गा हो जाता है। उत्थे पातशाह ने बचन कहे आसा महला पंजवां, आठ पहर निकट कर जन्ने, प्रभ का किया मीठा मन्ने, एक नाम संतन आधार, होए रहे सब की पग शार। वेखो संत का गुण, वह सारे की चरण धूड़ बन के रहिंदे। उहदे अंदर रंचक मात्र भी अहंकार नहीं, पर वह रंचक मात्र भी किसी तो दबदा नहीं, ये चीज उहदे अंदर वरतदी है। पातशाह ने कहा संत की रहत सुनो मेरे भाई, उआ की महिमा कथन न जाई। संत की महिमा कथन तो बाहर है। क्यों? वह अठे पहर चौबी घंटे 24 आवर रब नू अपने नेड़े जानदा, मैनू रब वेख रहा है, दुनिया नू जवाब नहीं दिंदा, वह सिर्फ रब नू जवाब दिंदा। वह लोगों का जवाब देनी है कि मैं फलाने नू भी सैटिस्फाई करना, उन्हों भी करना, नहीं। संत सिर्फ रब नाल सीधा रखद, 24 घंटे वह रब नू अपने जिन विच रखद, मैनू रब वेख रहा है, मैनू रब वेख रहा है। जिदन शरीर धारी संत दे अंदर ये चीज पक जाती है, एक दिन अचनचेतो दे जीवन में घटना घटती है, 24 घंटे दे अभ्यास जिदन पक जाते हैं मैनू रब वेखद, मैनू रब वेखद, एक दिन उहदे नाल घटना घटती, वह शरीर धारी संत भी रब नू वेख लैंदा। जिदन वह रब नू वेखद उदन साह संगत उहदी पावर फिर रब दे बराबर हो जाती है। उहनू कहा अब तो जाए चढ़े सिंघासन, मिले हैं सार में पानी, राम कबीरा एक भय है कोई न सके पछानी। जिदन वह रब विच मिल जाता है उदन हजारां लखां लोग शस्त्रधारी उहदे सामने खड़े होण। चेते रखियो जिहदे अंदर शब्द का रस है, लखां शस्त्रधारी बंदे भी उहदे अगे गोडने टेक देणगे। ये शब्द की ताकत ही इन्नी वड्डी है, संत दे अंदर पावर इन्नी वड्डी आ जाती है। साध संगत गुरमत दे अंदर सतगुरु जी ने संत की यह वड्याई की, संत की महिमा है, उहदी व्याख्या कोई नहीं हो सकती, सिर्फ उहदी वड्याई की जा सकती है। क्योंकि वह 24 घंटे पहला अभ्यास पकाउंदा है, तो मैनू माफ करियो आपां 24 घंटिया चो 24 मिनट गुरु कोल आईदा, तो 24 मिनटां विच भी कोई भागां वाला जी जिहनूं एक अद्धा मिनट रहे याद कि मैनू गुरु वेखदे, नहीं तो असीं गुरु दे अंदर गुरुद्वारे के अंदर भी चलाकी विच रहिंदे, असी चुस्ती विच रही। हरिमंदर साहब संगत मत्था टेकन जांदी, अनेकां लोग पहला राह लभदे ने, सानू कोई सिफारिश मिल जाए सीधा ही मत्था टेक लई। साध संगत यह चीज जेन में याद रखे, गुरु कोल जाण लग्गिआं बिल्कुल ये चीज़ां नहीं आउणियां चाहीदियां। जिहड़ा बंदा चुस्ती चलाकी जां होर किसे तरीके नाल गुरु कोल आउंदा है, वह मत्था टेक के मुड़ जाऊंगे, मिलेगा कुछ भी नहीं।
जे कुछ लेना पहला विहास पक्का करो, मैनू गुरु वेखदा उहदा जीवन निर्मल होण लग पैंदा, उहदे आले दुआले कोई चीज फिर बुरी नहीं भटकदी। देखो ये अभ्यास क्यों पकाउणा, आपां अरदास करनी अपने जीवन विच वी आवे, पता जी क्यों? राह जांदिआं तुहाडे मन च आ जाए ना मैनू बंदे वेखदे, बंदा गलती नहीं करेगा। गलती उत्थे हुंदी है जिथे उहदे मन च होवे मैनू किहड़ा कोई वेखदा। पाप उत्थे जन्म लैंदा जिथे मत ते पड़दा पै जाए, मेरा किहड़ा किसे नूं पता लगना। जिदन मन विच पड़दा पै जाए कि मेरा किहड़ा किसे नूं पता लगना, फिर पाप जन्म लैंदा। सिख और संत की यह वड्याई है, संत कदे पढ़ता नहीं पैन दिंदा कि मैनू रब नहीं वेखदा। वह दुनिया तो विशक पर रवे पर रब नाल सीधा रस्ता रखदा, उहनूं पता रब मैनू वेखदा, रब विच ते उहदे विच पढ़ता नहीं रहिंदा। इसलिए सहजे सहजे उहदा जीवन निर्मल होण लग पैंदा। एक दिन इन्ना क निर्मल हो जाता है, उहदे कोल रहण वाले लोग भी निर्मल होण लग पैंदे। साध संगत जिन्हां दे अस्थान ते बैठे, जिन्होंने अपने हत्थां नाल इस अस्थान ते सेवा कीती, अस्थान बनाया, कैसे संत ते कैसी निर्मलताई ते किन्नी बेपरवाही होई। ये सच है, दुनिया चढ़दे सूरज नूं सलामा करदी, जिहदे कोल पावर होवे संसार उहदे वल खिच्चिया जांदा, पर साध संगत संत दा इहदे नाल कोई वास्ता नहीं। संत बेपरवाह रहिंदा, रंग हसै रंग रोबै, चुप पी कर जाहे, पर वाह नहीं किसै केरी वाज सच्चे ना। 1975 ईस्वी नूं यह सब कुछ लिखता मिलन गियां जी। तुहानूं सिख कौम ने धन सतगुरु गुरु तेग बहादुर महाराज नौवें पातशाह का 300 साला शहीदी शताब्दी पुरब मनाया 1975। समुची सिख कौम यह दिहाड़ा मना रही सी, वड्डे वड्डे नगर कीर्तन सीसगंज साहब दिल्ली जा रहे सन। श्रोमणी गुरुद्वारा प्रबंधक कमेटी ने समुचे विश्व संसार के सिखां नूं नाल लैके तख्त श्री केसगढ़ साहब तो एक नगर कीर्तन निकलिया। कहिंदे हन वह नगर कीर्तन दिल्ली की धरती से सीसगंज साहब गया, उस नगर कीर्तन की उत्थे समाप्ति हुई। वड्डा कीर्तन दरबार सजा, स्टेज उत्ते वड्डियां वड्डियां शख्सियतां बैठिया सन। आदि श्री गुरु ग्रंथ साहिब महाराज जी का प्रकाश सी, सब अपनियां तकरीरां ते दरीरां दे रहे सन, वक्त सब नूं मिल रहा सी। इन्ने नूं भरे दीवान विच एक साध संगत पहुंची हुई हस्ती, जिन्हों देश उदों सन्मान करता सी, देश का प्राइम मिनिस्टर उदों दीवान विच उस वक्त एंट्री करदा। जदों वह भरे दीवान विच आई तो वड्डे वड्डे बंदे उठ के खलो गए, अनेकां ने जाके अगे गोडी हथ लाया। साध संगत इको एक हस्ती सी जिहड़ी स्टेज ते बैठिया धन श्री गुरु ग्रंथ साहिब महाराज की तबिया पातशाह दे कोल जदों वेख्या, झोली चुक बंदे जाके एक शरीर नूं मत्था टेक रहे ने, गुरु वल पिट हो रही है। साध संगत पहला सीधे संगत वल मूँह करके बैठे सी, परत के फिर धन श्री गुरु ग्रंथ साहिब महाराज वल मूँह किया, गोदी विच पिया होया तीर इदां खड़ा करके बह गया, शरीर एन आकड़िया होया। संत नूं किसे दी कोई परवाह नहीं, उन्हें दुनिया तो की लैणी, परवाह नहीं किसै केरी बाज सच्चे ना। ते साध संगत स्टेज ते जिथे बैठे सन पूरे मानस पूरे स्वैमान दे नाल मान नाल बैठे। फिर इस तरह घटना कटी, वह बीबी बंदियां समेत हिंदुस्तान की प्राइम मिनिस्टर सब स्टेज भर गई, तो उहदी नज़र पई, सब ने उठ के बुलाया, एक शरीर ये तीर बड़ा तिखा इस तरह आकड़ नाल खड़ा करके गुरु ग्रंथ साहिब महाराज वल मूँह करके बैठे, किसी ने नहीं बुलाया। तो साध संगत बाद में जदों 5 मिनट मिले खलोंदियां सार इको गल कही, संत बाबा करतार सिंह होर उठदियां सार कहा, अज मैनूं दुख होया, एक गल की खुशी है कि सिख कौम 300 साला धन गुरु तेग बहादुर महाराज जी की शहीदी शताब्दी मना रही है, पर एक मैनूं दुख है, अज गुरु ग्रंथ साहिब की हजूरी विच बैठे तुसीं सैकड़े हजारां की तादाद विच विरलियां नूं छड्ड के बाकी गुरु ग्रंथ साहिब के सिख नहीं, तुसीं शरीरां दे सिख हो, तुसीं गुरु ग्रंथ साहिब दे सिख नहीं। गुरु ग्रंथ साहिब दी हजूरी तबिया विच बैठे किड्डा वी वड्डा दुनिया दा राजा आ जाए, सिख कदे उठ के उहदे अगे हथ जोड़ के पैरी हथ नहीं लाएगा। सिख दा सीस झुकदा सिर्फ गुरु ग्रंथ साहिब दी तबिया गुरु ग्रंथ साहिब दे चरणां विच। मैनूं अज दुख होया तुसीं गुरु ग्रंथ साहिब दे सिख नहीं। ते साध संगत जदों महापुरशां ने कहा मैनूं दुख होया तुसीं गुरु ग्रंथ साहिब दे सिख नहीं, तुसीं एक सिर्फ आ शरीर जिहड़ा गंध नाल भरिया शरीर है,
ਮਿੱਝ ਦੇ ਹੱਡੀਆਂ ਦਾ ਸਰੀਰ ਹੈ, ਜਿਹਨੂੰ ਜਿੰਨਾ ਮਰਜ਼ੀ ਸ਼ਿੰਗਾਰੋ ਨਵਾਓ ਧਵਾਓ ਕੁਝ ਘੰਟਿਆਂ ਬਾਅਦ ਬਦਬੂ ਮਾਰਨ ਲੱਗ ਪੈਂਦਾ। ਇੱਕ ਸਰੀਰ ਦੇ ਸਿੱਖ ਉਹ ਸਤਿਗੁਰੂ ਦੇ ਸਿੱਖ ਨਹੀਂ। ਸਾਧ ਸੰਗਤ, ਇਹ ਗੱਲ ਉਹਨਾਂ ਦੇ ਅੰਦਰ ਲੱਗ ਗਈ। ਬੈਠਿਆਂ ਬੈਠਿਆਂ ਸਟੇਜ 'ਤੇ ਉਹ ਪ੍ਰਾਈਮ ਮਿਨਿਸਟਰ ਕਹਿੰਦਾ ਇਹ ਕੌਣ ਹੈ? ਕਹਿਣ ਲੱਗੇ ਜੀ ਇਹ ਬਾਬਾ ਦੀਪ ਸਿੰਘ ਜੀ ਦੇ ਨਾਮ 'ਤੇ ਉਹਨਾਂ ਦੀ ਚਲਾਈ ਹੋਈ ਇੱਕ ਟਕਸਾਲ ਚੱਲਦੀ, ਉਹਦੇ ਮੁਖੀ ਹਨ ਇਹ ਸੰਤ ਮਹਾਂਪੁਰਸ਼। ਅਤੇ ਉਹਨਾਂ ਕਿਹਾ ਇਸ ਬੰਦੇ 'ਤੇ ਨਜ਼ਰ ਰੱਖੋ। ਸਾਧ ਸੰਗਤ, 1975 ਤੋਂ ਇਹ ਸਥਾਨ ਨਜ਼ਰਾਂ ਵਿੱਚ ਆ ਗਿਆ। 1975 ਤੋਂ ਇੰਟੈਲੀਜੈਂਸੀ ਲੱਗ ਗਈ, ਇਹ ਸੱਚ ਬੋਲਣ ਵਾਲੇ ਬੰਦੇ ਇਹ ਕੀ ਕਰ ਰਹੇ ਨੇ, ਅਤੇ ਨਜ਼ਰ ਰੱਖੋ ਇਹਨਾਂ ਦੀਆਂ ਗਤੀਵਿਧੀਆਂ ਨੋਟ ਕਰੋ। ਇਹੋ ਜਿਹੇ ਬੰਦੇ ਜਾਂ ਤਾਂ ਸਾਡੇ ਗੁਲਾਮ ਹੋਣ, ਨਹੀਂ ਤਾਂ ਇਸ ਦੁਨੀਆਂ 'ਤੇ ਨਾ ਹੋਣ। ਸਾਧ ਸੰਗਤ, ਇਹ ਸ਼ੁਰੂ ਤੋਂ ਚੱਲਿਆ, ਇਤਿਹਾਸ ਪੜ੍ਹ ਕੇ ਵੇਖੋ ਜਿੰਨੀਆਂ ਸ਼ਹੀਦੀਆਂ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਲੈ ਕੇ ਅੱਜ ਤੱਕ ਦੇ ਇਤਿਹਾਸ ਦੀਆਂ ਨੇ। ਇੱਕੋ ਹੀ ਕਾਰਨ ਤੁਹਾਡੇ ਸਾਹਮਣੇ ਨਜ਼ਰ ਆਏਗਾ, ਜੇ ਕੋ ਬੋਲੇ ਸੱਚ ਕੂੜਾ ਜਲ ਜਾਵੇ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸੱਚ ਬੋਲਿਆ, ਚੱਕ ਕੇ ਉਹਨਾਂ ਜੇਲ੍ਹ ਵਿੱਚ ਕਰ ਦਿੱਤਾ ਜੀ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਤੱਕ, ਜਦੋਂ ਤੁਸੀਂ ਸੱਚ ਅਤੇ ਅਣਖ ਨਾਲ ਜੀਣਾ ਚਾਹੋਗੇ, ਇਹ ਸੱਚ ਹੈ, ਉਦੋਂ ਮੌਕੇ ਦੀਆਂ ਸਰਕਾਰਾਂ, ਮੌਕੇ ਦੇ ਲੋਕ ਉਹ ਜ਼ਰੂਰ ਤੁਹਾਡੇ ਵਿਰੋਧ ਵਿੱਚ ਖੜਨਗੇ। ਪਰ ਸਿੱਖ ਨੂੰ ਸਤਿਗੁਰ ਨੇ ਗੁਰਮਤਿ ਬੜੀ ਪਿਆਰੀ ਦਿੱਤੀ, ਸਿੱਖਾ ਤੂੰ ਨਿਮਰਤਾ ਵਿੱਚ ਝੁੱਕ ਕੇ ਰਹਿਣਾ, ਅਦਬ ਸਭ ਦਾ ਕਰ, ਪਰ ਜਦੋਂ ਸੱਚ ਅਤੇ ਅਣਖ ਦੀ ਗੱਲ ਚੱਲੇ ਫਿਰ ਸੰਤ ਸਿਪਾਹੀ ਦਾ ਰੂਪ ਧਾਰਨ ਕਰ ਜਾਂਦਾ, ਉਹ ਬੇਪਰਵਾਹ ਰਹਿੰਦਾ। ਸਾਧ ਸੰਗਤ, ਫਿਰ ਸਰੀਰ ਜਾਂਦਾ ਚਲਾ ਜਾਏ, ਪਰ ਇਹ ਸੱਚ ਹੈ, ਗੁਰਬਾਣੀ ਤੋਂ ਉਹਦੇ ਜੀਵਨ ਦੇ ਅੰਦਰ ਕੁਰਬਾਨੀ ਪੈਦਾ ਹੋ ਜਾਂਦੀ। ਸੰਤ ਬੇਪਰਵਾਹ ਰਹਿੰਦਾ, ਉਹਨੂੰ ਕਿਸੇ ਦੀ ਕੋਈ ਪਰਵਾਹ ਨਹੀਂ। ਸੰਤ ਕੀ ਰਹਿਤ ਸੁਣੋ ਮੇਰੀ ਭਾਈ, ਉਹਾਂ ਕੀ ਮਹਿਮਾ ਕਥਨ ਨਾ ਜਾਈ। ਉਹ ਬੇਪਰਵਾਹ ਵਿਚਰਦਾ। ਔਰ ਇੱਕ ਚੀਜ਼ ਹੋਰ ਹੈ, ਉਹਦੇ ਨਾਲ ਫਿਰ ਵਰਤਦਾ ਕੌਣ ਹੈ? ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਹੈ, ਰੱਬ ਵੀ ਇਕੱਲਾ ਨਹੀਂ ਜੀ ਰਹਿ ਸਕਦਾ। ਦੁਨੀਆਂ ਵਿੱਚ ਇਕੱਲਾ ਰਹਿਣਾ ਸਜ਼ਾ ਹੈ। ਤੁਹਾਡੀ ਕੀ ਸਲਾਹ? ਬਹੁਤ ਲੋਕ ਕਹਿੰਦੇ ਨੇ ਜੇ ਕੋਈ ਸੱਚ ਬੋਲੋਗੇ ਜੀ ਤਾਂ ਲੋਕ ਤੁਹਾਡਾ ਸਾਥ ਚੜ ਜਾਣਗੇ। ਇੱਕ ਪੰਜਾਬੀ ਦਾ ਕਵੀ ਹੈ ਸੁਰਜੀਤ ਸਿੰਘ ਪਾਤਰ, ਉਹ ਸ਼ਰੀਫ ਵਿੱਚ ਜੀ ਹੁੰਦੇ, ਉਹਦੀ ਇੱਕ ਕਵਿਤਾ ਬੜੀ ਮਸ਼ਹੂਰ ਹੋਈ ਕਿ ਇੰਨਾ ਨਾ ਸੱਚ ਬੋਲ ਕਿ ਇਕੱਲਾ ਰਹਿ ਜਾਏ, ਚਾਰ ਕੁ ਬੰਦੇ ਚਾਹੀਦੇ ਅੰਤ ਨੂੰ ਮੋਢਾ ਦੇਣ ਲਈ। ਅਤੇ ਸਾਧ ਸੰਗਤ, ਉਹਨੂੰ ਇੱਕ ਸੰਤ ਨੇ ਜਵਾਬ ਲਿਖਿਆ ਜੀ, ਰੱਬ ਦੀ ਬੜੀ ਪਿਆਰ ਵਾਲੀ ਰੂਹ ਹੈ, ਉਹ ਨਾਮ ਜਪਣ ਵਾਲੇ ਰਸੀਏ ਬਜ਼ੁਰਗ ਸਰੀਰ ਨੇ। ਇੱਕ ਦਿਨ ਨੂੰ ਕਵਿਤਾ ਉਹਨਾਂ ਦੇ ਸਾਹਮਣੇ ਆ ਗਿਆ, ਤਾਂ ਉਹ ਬੈਠੇ ਹੋਏ ਪੜ੍ਹਦਿਆਂ ਕਹਿੰਦੇ ਇਹ ਲਿਖਣ ਵਾਲਾ ਬੰਦਾ ਹੈ ਜੀ? ਤਾਂ ਦੱਸਣ ਵਾਲਿਆਂ ਕਿਹਾ ਹਾਂ ਬਾਬਾ ਜੀ ਉਹ ਹੈ ਸਰੀਰ ਦੇ। ਕਹਿੰਦੇ ਫਿਰ ਇੱਕ ਲੈਨ ਉਹਨੂੰ ਲਿਖ ਕੇ ਘੱਲੋ ਅਤੇ ਉਹਨੂੰ ਕਹੋ ਜੀ ਸਾਨੂੰ ਦਰਸ਼ਨ ਦੇਣ। ਦੇਖੋ ਸਾਧੂ ਦੀ ਬੋਲੀ ਕਿੰਨੀ ਪਿਆਰੀ ਹੈ। ਕਹਿੰਦੇ ਜੀ ਇੱਕ ਪੰਕਤੀ ਇਹਦੇ ਲਿਖ ਕੇ ਘੱਲੋ ਉਹਨੂੰ ਚਿੱਠੀ ਅਤੇ ਉਹਨੂੰ ਕਹੋ ਜੀ ਸਾਨੂੰ ਦਰਸ਼ਨ ਦੇਣ। ਅਤੇ ਮਹਾਂਪੁਰਸ਼ਾਂ ਜਿੱਥੇ ਉਹ ਲਿਖਿਆ ਸੀ ਨਾ ਇੰਨਾ ਨਾ ਸੱਚ ਬੋਲ ਕੇ ਇਕੱਲਾ ਰਹਿ ਜਾਵੇ, ਚਾਰ ਕੁ ਬੰਦੇ ਚਾਹੀਦੇ ਅੰਤ ਨੂੰ ਮੋਢਾ ਦੇਣ ਲਈ, ਉਹਨਾਂ ਜਵਾਬ ਦਿੱਤਾ, ਉਹ ਕਹਿੰਦੇ ਇੰਨਾ ਹੀ ਸੱਚ ਬੋਲ ਕਿ ਇਕੱਲਾ ਰਹਿ ਜਾਏ, ਲੱਖਾਂ ਲੋਕ ਆ ਜਾਣਗੇ ਤੈਨੂੰ ਮੋਢਾ ਦੇਣ ਲਈ। ਸੰਤ ਕਰਤਾਰ ਸਿੰਘ ਜੀ ਉਹ ਸੱਚ ਬੋਲ ਗਏ, ਨਾਲ ਦੇ ਬੰਦੇ ਬੇਸ਼ੱਕ ਉਦੋਂ ਕਹਿੰਦੇ ਹੋਣਗੇ ਸੰਤ ਜੀ ਉਹ ਦੇਸ਼ ਦੀ ਪ੍ਰਾਈਮ ਮਿਨਿਸਟਰ ਹੈ, ਪਰ ਸਾਧੂ ਨੂੰ ਕਿਸੇ ਦੀ ਕੋਈ ਪਰਵਾਹ ਨਹੀਂ, ਭਾਵੇਂ ਦੁਨੀਆਂ ਦਾ ਰਾਜਾ ਆ ਜਾਏ। ਕਿਉਂ? ਕਦੇ ਸੰਤ ਦੀ ਪਰਿਭਾਸ਼ਾ ਪੜੋ ਜੀ, ਉਹਦੇ ਕੋਲ ਰਹਿਣ ਵਾਸਤੇ ਘਰ ਵੀ ਛੋਟਾ ਹੋਵੇ, ਉਹਦੇ ਕੱਪੜੇ ਵੀ ਭਾਵੇਂ ਵਧੀਆ ਨਾ ਹੋਣ, ਉਹਦੇ ਕੋਲ ਭਾਵੇਂ ਫੌਜਾਂ ਬਿਨਾਂ ਹੋਣ, ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕਿਹਾ ਸੰਤ ਪੂਰੀ ਸ੍ਰਿਸ਼ਟੀ ਦਾ ਰਾਜਾ ਹੈ। ਸਾਧ ਸੰਗਤ, ਕੋਈ ਰਾਜਾ ਪੂਰੀ ਦੁਨੀਆਂ ਦਾ ਨਹੀਂ। ਜਿਹਨਾਂ ਬੰਦਿਆਂ ਨੇ ਦੁਨੀਆਂ ਨੂੰ ਜਿੱਤਣ ਦਾ ਯਤਨ ਕੀਤਾ ਉਹ ਵੀ ਅੱਧ ਵਿਚਕਾਰ ਮਰ ਗਏ। ਸਿਕੰਦਰ ਪੂਰੀ ਦੁਨੀਆਂ ਨੂੰ ਜਿੱਤਣਾ ਚਾਹੁੰਦਾ ਸੀ, ਹਿੰਦੁਸਤਾਨ ਤੋਂ ਯੂਨਾਨ ਜਾਂਦਿਆਂ ਮੱਛਰ ਲੜਿਆ, ਰਸਤੇ ਵਿੱਚ ਮਲੇਰੀਆ ਨਾਲ ਮਰ ਗਿਆ। ਇਸ ਧਰਤੀ 'ਤੇ ਜਿਹਨਾਂ ਲੋਕਾਂ ਨੇ ਦਾਅਵੇ ਕੀਤੇ ਦੁਨੀਆਂ ਜਿੱਤਣੀ, ਜਿੱਤ ਨਹੀਂ ਸਕੇ, ਪਰ ਜੇ ਕੋਈ ਪੂਰੀ ਦੁਨੀਆਂ ਦਾ ਰਾਜਾ ਹੈ ਉਹਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਕਿਹਾ ਕੌਣ ਹੈ? ਉਹ ਸਿਰਫ ਸੰਤ ਹੈ। ਬਚਨ ਪੜ੍ਹੋ, ਵਸਤਾ ਟੁੱਟੀ ਝੁੰਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ ਉਦਿਆਨ ਪਰ ਮਿੰਨਾ, ਮਿੱਤਰ ਨਾ ਇੱਠ ਧਨ ਰੂਪਹੀਣ, ਕਿਛ ਸਾਕ ਨਾ ਸਿੰਨਾ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ। ਜਿਨ੍ਹਾਂ ਦੇ ਮਨ ਵਿੱਚ ਨਾਮ ਵਸ ਗਿਆ ਉਹ ਸਾਰੀ ਸ੍ਰਿਸ਼ਟੀ ਦੇ ਰਾਜੇ ਹੋ ਗਏ, ਉਹਨੂੰ ਦੁਨੀਆਂ ਦੀ ਕੋਈ ਪਰਵਾਹ ਨਹੀਂ। ਅਤੇ ਸਾਧ ਸੰਗਤ, ਉਹਦਾ ਕਿਹਾ ਹੋਇਆ ਰੱਬ ਦਾ ਬਚਨ ਹੋ ਜਾਂਦਾ। ਇੱਕ ਬਚਨ ਹੋਰ ਪੜ੍ਹੋ ਫਿਰ, ਉਹਦੇ ਨਾਲ ਹੁਣ ਮਿਲਦਾ ਕੌਣ? ਤੁਸੀਂ ਕਹੋ ਉਹ ਇਕੱਲਾ ਨਹੀਂ ਰਹਿੰਦਾ, ਉਹਦੇ ਨਾਲ ਰੱਬ ਰਹਿਣ ਲੱਗ ਪੈਂਦਾ। ਪਾਤਸ਼ਾਹ ਨੇ ਹੁਕਮਨਾਮਾ ਦਿੱਤਾ, ਸੋਰਠ ਮਹੱਲਾ ਪੰਜਵਾਂ, ਅਬਨਾਸੀ ਜੀਅਨ ਕੋ ਦਾਤਾ, ਸਿਮਰਤ ਸਭ ਮਲ ਖੋਈ,
ਉੱਥੇ ਕਿਹਾ ਗੁਣ ਨਿਧਾਨ ਭਾਵ ਰੱਬ। ਉਹ ਕਿਹਦੇ ਨਾਲ ਮਿਲਦਾ ਜੀ? ਗੁਣ ਨਿਧਾਨ ਭਗਤਨ ਕੋ ਵਰਤਨ ਵਿਰਲਾ ਭਾਵੇ ਕੋਈ, ਜਿਹੜੇ ਕਰੋੜਾਂ ਚੋਂ ਵਿਰਲੇ ਰੱਬ ਨੇ ਚੁਣ ਲਏ, ਰੱਬ ਉਹਨਾਂ ਦੇ ਨਾਲ ਰਹਿਣ ਲੱਗ ਪਿਆ। ਰੱਬ ਦੀ ਰਿਸ਼ਤੇਦਾਰੀ ਹੀ ਸੰਤਾਂ ਭਗਤਾਂ ਨਾਲ ਬਣ ਗਈ। ਰੱਬ ਇਕੱਲਾ ਰਹਿ ਨਹੀਂ ਸਕਦਾ, ਫਿਰ ਜਿਹਦੇ ਨਾਲ ਗੁਰੂ ਜਾਂ ਰੱਬ ਰਹਿਣ ਲੱਗ ਜਾਏ ਉਹਦੀ ਤਾਕਤ ਕੀ ਹੈ? ਸਤਿਗੁਰੂ ਗੁਰੂ ਅਰਜਨ ਦੇ ਮਹਾਰਾਜ ਨੇ ਕਿਹਾ ਜਾਮ ਗੁਰੂ ਹੋਏ ਬਲ, ਧਨੇ ਕਿਆ ਗਰਭ ਦਿਜੈ, ਜਾਮ ਗੁਰੂ ਹੋਏ ਬਲ ਲੱਖ ਬਾਹੇ ਕਿਆ ਕਿਜੈ। ਜਿਹਦੇ ਨਾਲ ਗੁਰੂ ਖਲੋ ਜਾਏ ਲੱਖਾਂ ਬਾਹਾਂ ਵੀ ਉਹਦਾ ਕੁਝ ਨਹੀਂ ਵਿਗਾੜ ਸਕਦਾ। ਜਿਹਦੇ ਨਾਲ ਗੁਰੂ ਖਲੋਤਾ ਹੋਵੇ ਲੱਖਾਂ ਬਾਹਾਂ ਵੀ ਉਹਦਾ ਬਾਲ ਗੰਗਾ ਨਹੀਂ ਕਰ ਸਕਦੀਆਂ। ਇਹ ਵਡਿਆਈ ਹੈ। ਅੰਗਰੇਜ਼ਾਂ ਨੇ ਲਾਹੌਰ ਦੀ ਜੇਲ੍ਹ ਵਿੱਚ ਭਾਈ ਸਾਹਿਬ ਭਾਈ ਰਣਜੀਤ ਸਿੰਘ ਦੀ ਉਹਨਾਂ ਨੂੰ ਬੰਦ ਕਰ ਦਿੱਤਾ। ਸਾਧ ਸੰਗਤ ਉਹਨਾਂ ਦੀਆਂ ਜੇਲ੍ਹ ਚਿੱਠੀਆਂ ਮਿਲਦੀਆਂ ਨੇ, ਜੋ ਕੁਝ ਉਹਨਾਂ ਜੇਲ੍ਹ ਵਿੱਚ ਰਹਿ ਕੇ ਚਿੱਠੀਆਂ ਲਿਖੀਆਂ ਉਹ ਅਧਿਆਤਮ ਦੇ ਰਾਹ ਉੱਤੇ ਤੁਰਨ ਵਾਲਿਆਂ ਦੇ ਕੰਮ ਆਉਣ ਵਾਲੀਆਂ ਨੇ, ਕਿਉਂਕਿ ਰੱਬ ਦੇ ਪਿਆਰ ਵਿੱਚ ਬੜੇ ਸੋਹਣੇ ਸਿਰਲੇਖ ਲਿਖੇ। ਉਹ ਜੇਲ੍ਹ ਵਿੱਚ ਰਹਿੰਦਿਆਂ ਇੱਕ ਦਿਨ ਅੱਧੀ ਰਾਤ ਨੂੰ ਰੌਲਾ ਪੈ ਗਿਆ। ਰਾਤ ਦੇ ਪਹਿਰੇਦਾਰਾਂ ਰੌਲਾ ਪਾਇਆ, ਜੇਲ੍ਹ ਵਿੱਚ ਕੋਈ ਆ ਗਿਆ ਭਾਈ ਸਾਹਿਬ ਭਾਈ ਰਣਧੀਰ ਸਿੰਘ ਦੀ ਬੈਰਕ ਵਿੱਚ, ਜੇਲ੍ਹ ਵਿੱਚ ਮੈਂ ਬੰਦਾ ਵੇਖਿਆ, ਆਵਾਜ਼ ਸੁਣੀ ਹੈ, ਲਾਈਟ ਜਗਦੀ ਹੈ, ਕੋਈ ਹੈ। ਰੌਲਾ ਪੈ ਗਿਆ, ਮਸ਼ਾਲਾਂ ਜਗ ਗਈਆਂ, ਇੱਕਦਮ ਹੁਟਰ ਵਜਾਇਆ ਗਿਆ, ਸਾਰੇ ਸਿਪਾਹੀ ਇਕੱਠੇ ਹੋ ਗਏ। ਜੇਲ੍ਹ ਸੁਪਰਡੈਂਟ ਆ ਗਿਆ, ਉਹਨੇ ਬੈਰਕ ਜੇਲ੍ਹ ਦਾ ਜਿੰਦਰਾ ਕਲਵਾਇਆ ਅਤੇ ਉਹ ਪਹਿਰੇਦਾਰ ਕਹਿੰਦਾ ਜੀ ਇਹਨਾਂ ਦੇ ਕੋਲ ਸੀ ਕੋਈ? ਮੈਂ ਗੱਲਾਂ ਕਰਦਾ ਵੇਖਿਆ, ਮੈਂ ਰੌਸ਼ਨੀ ਵੇਖੀ ਹੈ, ਮੈਨੂੰ ਦੋ ਜਣੇ ਨਜ਼ਰ ਆਏ ਨੇ ਅਤੇ ਪੂਰੀ ਉਹ ਛੋਟੀ ਜਿਹੀ 'ਤੇ ਜੇਲ੍ਹ ਸੀ ਕਮਰਾ। ਤਲਾਸ਼ੀ ਲਈ ਸਿਪਾਹੀ ਬਾਣੀ ਦੀਆਂ ਪੋਥੀਆਂ ਕਾਗਜ਼ ਪੈੱਨ ਅਤੇ ਦਵਾਤ ਸਿਆਹੀ, ਉਹ ਤੋਂ ਇਲਾਵਾ ਕੁਝ ਨਾ ਮਿਲਿਆ। ਜੇਲ੍ਹ ਸੁਪਰਡੈਂਟ ਕਹਿੰਦਾ ਭਾਈ ਸਾਹਿਬ ਸੱਚੋ ਸੱਚ ਦੱਸ ਦਿਓ, ਤੁਹਾਡੀ ਜੇਲ੍ਹ ਵਿੱਚ ਬੈਰਕ ਵਿੱਚ ਕੌਣ ਆਇਆ ਸੀ? ਸੱਚੋ ਸੱਚ ਦੱਸੋ ਕੌਣ ਆਇਆ ਸੀ? ਅਤੇ ਭਾਈ ਸਾਹਿਬ ਅੱਗੋਂ ਐਂ ਚਿਹਰਾ ਲਾਲ, ਅੱਖਾਂ ਵਿੱਚ ਵੱਖਰਾ ਨੂਰ ਅਤੇ ਜਲਾਲ, ਪ੍ਰੇਮ ਵਿੱਚ ਮੁਸਕਰਾ ਕੇ ਬੋਲੇ ਜੇਲ੍ਹ ਸੁਪਰਡੈਂਟ ਨੂੰ, ਜੇਲਰ ਸਾਹਿਬ ਆਇਆ ਨਹੀਂ ਸੀ, ਹੁਣ ਵੀ ਹਾਜ਼ਰ ਹੈ। ਜੇਲ੍ਹ ਸੁਪਰਡੈਂਟ ਨੇ ਕਿਹਾ ਕੌਣ? ਮੈਨੂੰ ਤਾਂ ਨਜ਼ਰ ਨਹੀਂ ਆਉਂਦਾ। ਭਾਈ ਸਾਹਿਬ ਭਾਈ ਰਣਧੀਰ ਸਿੰਘ ਬੋਲੇ ਤੈਨੂੰ ਨਜ਼ਰ ਨਹੀਂ ਆਉਂਦਾ, ਮੈਂ ਕੀ ਕਰਾਂ? ਉਹ ਤੇ ਹੁਣ ਵੀ ਹਾਜ਼ਰ ਹੈ, ਹੁਣ ਵੀ ਮੇਰੇ ਨਾਲ ਹੈ। ਤੇ ਜੇਲਰ ਨੇ ਕਿਹਾ ਕੌਣ? ਪੂਰੇ ਵਜੋ ਤੇ ਪ੍ਰੇਮ ਵਿੱਚ ਭਿੱਜ ਕੇ ਕਿਹਾ ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਦਿਸ ਸਦਾ ਸੰਭਾਲੇ। ਇੱਕ ਵਾਰ ਗੱਜ ਕੇ ਕਹੋ ਸੰਗ ਸਦਾ ਹੈ ਨਾਲੇ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਸੰਗ ਸਦਾ ਹੈ ਨਾਲੇ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਸੰਗ ਸਦਾ ਗੁਰ ਮੇਰੇ ਸੰਗ, ਵਾਹਿਗੁਰੂ ਸੰਗ ਸਦਾ ਹੈ ਗੁਰ ਮੇਰੇ, ਸਿਮਰ ਸਿਮਰ ਤਿਸ ਸਦਾ ਸੰਭਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ, ਸਿਮਰ ਸਿਮਰ ਸੰਗ ਸਦਾ ਹੈ ਨਾਲੇ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਸੰਗ ਸਦਾ ਹੈ ਨਾਲੇ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਸੰਗ ਸਦਾ ਹੈ। ਵਾਹਿਗੁਰੂ ਸੰਗ ਸਦਾ ਹੈ, ਗੁਰੂ ਉਹਨਾਂ ਦੇ ਨਾਲ 24 ਘੰਟੇ ਵਰਤਣ ਲੱਗ ਪੈਂਦਾ, ਉਹਨੂੰ ਮਹਿਸੂਸ ਹੋਣ ਲੱਗ ਪੈਂਦਾ ਮੇਰੇ ਨਾਲ ਕੋਈ ਰਹਿੰਦਾ। ਤੇ ਸਾਧ ਸੰਗਤ ਜਿਹਦੇ ਨਾਲ ਗੁਰੂ ਰਹਿਣ ਲੱਗਦਾ, ਸੰਸਾਰ ਦੇ ਦੁਸ਼ਮਣ ਤਾਂ ਬਹੁਤ ਛੋਟੀ ਜਿਹੀ ਗੱਲ, ਜਿਹਨਾਂ ਦੁਸ਼ਮਣਾਂ ਨੇ ਪੂਰੀ ਦੁਨੀਆਂ ਨੂੰ 4 ਵਰਨਾਂ ਦੇ ਬਲੀਆਂ ਨੂੰ ਢਾ ਲਿਆ। ਸਾਧ ਸੰਗਤ ਗੁਰੂ ਦਾ ਸਿੱਖ ਜਦੋਂ ਗੁਰੂ ਦਾ ਮਿਹਰ ਦਾ ਹੱਥ ਉਹਦੀ ਕੰਢ ਤੇ ਹੋਵੇ, ਉਹ ਮਹਾ 5 ਬਲੀਆਂ ਨੂੰ ਵੀ ਢਾ ਕੇ ਸੁੱਟ ਦਿੰਦਾ। ਪਾਤਸ਼ਾਹ ਦੇ ਬਚਨ ਪੜ੍ਹੋ, ਜਿੱਥੇ ਸਤਿਗੁਰਾਂ ਬਾਣੀ ਅੰਦਰ ਬਚਨ ਕਹਿ, ਉੱਥੇ ਮਹਾਰਾਜ ਕਹਿੰਦੇ ਨੇ ਗੁਰੂ ਦਾ ਮਿਹਰ ਦਾ ਹੱਥ ਸਿੱਖ ਦੀ ਕੰਢ ਤੇ ਹੋਵੇ।
ਜਦੋਂ ਗੁਰੂ ਸਿੱਖ ਦੇ ਨਾਲ ਰਹਿਣ ਲੱਗ ਪੈਂਦਾ ਉਦੋਂ ਪੰਜ ਮਹਾਂਬਲੀਆਂ ਨੂੰ ਵੀ ਢਾ ਲੈਂਦਾ, ਜਿਨ੍ਹਾਂ ਦੀ ਵਡਿਆਈ ਇੰਨੀ ਕਿ ਚਾਰ ਵਰਨ ਚੌਹਾਂ ਕੇ ਮਰਦਨ ਖੱਟ ਦਰਸ਼ਨ ਕਰ ਤਲੀ ਰੇ ਸੁੰਦਰ ਸੁਗੜ ਸਰੂਪ ਸਿਆਣੇ ਪੰਚੋਂ ਹੀ ਮੋਛਲੀ। ਪਾਤਸ਼ਾਹ ਉਹਨਾਂ ਪੰਜਾਂ ਨੂੰ ਕੌਣ ਢਾ ਸਕਦਾ? ਹਜ਼ੂਰ ਨੇ ਕਿਹਾ ਫਿਰ ਉਹਨਾਂ ਨੂੰ ਸਿਰਫ ਗੁਰੂ ਦਾ ਸਿੱਖ ਜਿਹਦੀ ਕੰਢ ਉੱਤੇ ਗੁਰੂ ਦਾ ਹੱਥ ਹੋਵੇ ਉਹਨੂੰ ਕੋਈ ਨਹੀਂ ਹਰਾ ਸਕਦਾ। ਜਿਹਦੀ ਪਿੱਠ ਉੱਤੇ ਗੁਰੂ ਦਾ ਹੱਥ ਹੈ, ਸਾਧ ਸੰਗਤ ਜਿਹਦੇ ਸੀਸ ਤੇ ਗੁਰੂ ਨੇ ਹੱਥ ਰੱਖ ਦਿੱਤਾ, ਉਹ ਪੰਜ ਮਹਾਂਬਲੀਆਂ ਨੂੰ ਵੀ ਢਾ ਦਿੰਦਾ। ਕਹਿੰਦੇ ਹਨ, ਬਾਤ ਬੰਜਨ ਟਮਕ ਭੇਰੀਆਂ, ਮਲ ਲੱਥੇ ਲੈਂਦੇ ਫੇਰੀਆਂ, ਨਿਤ ਦੇ ਪੰਜ ਜਵਾਨ ਮੈਂ ਗੁਰ ਥੱਪੀ ਦਿੱਤੀ ਕੰਢ ਦੀ। ਜਿਹਦੀ ਕੰਢ ਤੇ ਗੁਰੂ ਨੇ ਮੇਰ ਦਾ ਹੱਥ ਰੱਖਿਆ ਉਹ ਪੰਜ ਮਹਾਂਬਲੀਆਂ ਨੂੰ ਵੀ ਢਾ ਕੇ ਪਰੇ ਕਰ ਦਿੰਦਾ। ਮਹਾਂਪੁਰਸ਼ ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ, ਤੁਸੀਂ ਉਹਨਾਂ ਦੇ ਅਸਥਾਨ ਤੇ ਬੈਠੇ ਹੋ। ਵਡਿਆਈਆਂ ਬੜੀਆਂ ਨੇ, ਜਪਣ ਵਾਲਿਆਂ ਦੀ ਵਡਿਆਈ ਸਦਾ ਹੀ ਰਹਿਣੀ ਹੈ। ਸਾਧ ਸੰਗਤ ਸਤਿਗੁਰੂ ਕਿਰਪਾ ਕਰਨ, ਸਾਨੂੰ ਬਾਣੀ ਦੀ ਸ਼ਬਦ ਦੀ ਲਾਗ ਲੱਗੇ। ਦਿੱਲੀ ਇੱਕ ਘਰ ਵਿੱਚ ਉਹ ਬੈਠੇ ਸਨ, ਸਰਦਾਰ ਰਣਜੀਤ ਸਿੰਘ ਬੜੇ ਸ਼ਰਧਾਲੂ ਰਹੇ ਨੇ ਇਸ ਅਸਥਾਨ ਦਾ, ਮਹਾਂਪੁਰਸ਼ ਠਹਿਰਨਾ ਉਹਨਾਂ ਦੇ ਪਰਿਵਾਰ ਵੱਲ ਠਹਿਰਨਾ। ਜਥੇਦਾਰ ਸੰਤੋਖ ਸਿੰਘ ਜੀ ਉਹ ਵੀ ਉਹਨਾਂ ਕੋਲ ਆਉਂਦੇ ਜਾਂਦੇ ਪਿਆਰ ਵਾਲੇ ਸਿੱਖ ਸਨ, ਅਤੇ ਸਾਧ ਸੰਗਤ ਉਹ ਕਈ ਦਿਨ ਦਿੱਲੀ ਵਿੱਚ ਸਿੱਖ ਗੱਲਾਂ ਕਰਦੇ ਰਹੇ। ਕਹਿੰਦੇ, ਬਾਬਾ ਜੀ ਦੇਸ਼ ਦੀ ਪ੍ਰਾਈਮ ਮਿਨਿਸਟਰ ਤੁਹਾਨੂੰ ਮਿਲਣਾ ਚਾਹੁੰਦੇ। ਉਹਨਾਂ ਕਿਹਾ, ਭਾਈ ਅਸੀਂ ਕੀ ਲੈਣਾ ਉਹਨਾਂ ਤੋਂ, ਸਾਡਾ ਉਹਦੇ ਨਾਲ ਕੀ ਵਾਸਤਾ? ਸੰਗਤ ਵਿੱਚ ਆਉਂਦੇ ਕੋਈ ਵੀ ਸੰਗਤ ਵਿੱਚ ਮਿਲ ਸਕਦਾ, ਪਰ ਕਿਸੇ ਬੰਦੇ ਨੂੰ ਕਹੋ ਜੀ ਉਹ ਫਲਾਨਾ ਅਹੁਦੇਦਾਰ ਮਿਲਣਾ ਚਾਹੁੰਦਾ, ਕਹਿੰਦੇ ਮੇਰਾ ਉਹਦੇ ਨਾਲ ਕੀ ਵਾਸਤਾ? ਪਰ ਸਾਧ ਸੰਗਤ ਉਹ ਜਿਹਦੇ ਘਰ ਠਹਿਰੇ ਸਨ, ਉਹਨੇ ਰਣਜੀਤ ਸਿੰਘ ਨਾਲ ਇੱਕ ਗੱਲ ਕਹੀ। ਕਹਿੰਦੇ, ਬਾਬਾ ਜੀ ਮੈਂ ਤੇ ਤੁਹਾਡਾ ਟਾਈਮ ਫਿਕਸ ਕਰ ਦਿੱਤਾ, ਕੱਲ੍ਹ ਸ਼ਾਮੀ 4 ਵਜੇ ਉਹ ਇੱਥੇ ਘਰ ਵਿੱਚ ਆ ਰਹੇ ਅਤੇ ਤੁਹਾਨੂੰ ਮਿਲਣਾ ਚਾਹੁੰਦੇ। ਬੜਾ ਜ਼ੋਰ ਪਾਇਆ ਜੀ, ਵੱਡੇ ਵੱਡੇ ਮਿਨਿਸਟਰ ਕਹਿੰਦੇ, ਇਸ ਲਈ ਬਾਬਾ ਜੀ ਮੈਂ ਤੇ ਫਿਰ ਮੁੱਕਰ ਨਹੀਂ ਸਕਿਆ, ਟਾਈਮ ਤੁਹਾਡਾ ਫਿਕਸ ਕਰ ਦਿੱਤਾ, ਕੱਲ੍ਹ ਸ਼ਾਮੀ 4 ਵਜੇ ਇੱਥੇ ਘਰ ਵਿੱਚ ਮਿਲਣ ਆਉਣਾ। ਅਤੇ ਸਾਧ ਸੰਗਤ, ਸੰਤ ਵਿੱਚ ਨਿਮਰਤਾ ਵੀ ਬੜੀ ਹੈ, ਪਰ ਸੰਤ ਦੇ ਅੰਦਰ ਜਦੋਂ ਉਹ ਚੀਜ਼ ਜਾਗ ਜਾਏ ਤਾਂ ਉਹ ਤਪਸ਼ ਨਹੀਂ ਫਿਰ ਕੋਈ ਚੱਲ ਸਕਦਾ। ਇੱਕਦਮ ਅੱਖਾਂ ਲਾਲ, ਚਿਹਰਾ ਸੁਰਖ ਲਾਲ ਹੋ ਗਿਆ ਅਤੇ ਬੜੇ ਗੁੱਸੇ ਵਿੱਚ ਬੋਲੇ, ਕਹਿੰਦੇ ਰਣਜੀਤ ਸਿੰਘ ਤੂੰ ਕੌਣ ਹੁੰਦਾ ਸਾਡਾ ਟਾਈਮ ਫਿਕਸ ਕਰਨ ਵਾਲਾ, ਤੂੰ ਕੌਣ ਹੁੰਦਾ ਸਾਡਾ ਟਾਈਮ ਕਿਸੇ ਨਾਲ ਫਿਕਸ ਕਰਨ ਵਾਲਾ, ਤੇਰੇ ਘਰ ਵਿੱਚ ਠਹਿਰੇ ਤਾਂ ਕਰਕੇ। ਉਸੇ ਵਕਤ ਆਪਣੇ ਸੇਵਾਦਾਰ ਨੂੰ ਕਿਹਾ ਚਲੋ ਚਲੀਏ। ਸਾਧ ਸੰਗਤ ਉੱਠ ਖਲੋਤੇ, ਜਿਹੜੇ ਦੋ ਕੱਪੜੇ ਸਨ ਦਵਾ ਦਵਾ ਸੇਵਾਦਾਰਾਂ ਇਕੱਠੇ ਕਰੋ, ਹੱਥ ਜੋੜੇ, ਮੋਹਰਿਓਂ ਜਹਿਦਾਰ ਸੰਤੋਖ ਸਿੰਘ ਮਿਲ ਗਏ। ਕਹਿੰਦੇ, ਸੰਤੋਖ ਸਿੰਘ ਜੀ ਕਹਿ ਦਿਓ ਇਹਨੂੰ, ਇਹ ਸਾਡਾ ਟਾਈਮ ਫਿਕਸ ਕਰਨ ਵਾਲਾ ਇਹ ਕੌਣ ਹੁੰਦਾ? ਕਿਸੇ ਨਾਲ ਟਾਈਮ ਫਿਕਸ ਕਰਨਾ, ਸੰਤ ਦਾ ਟਾਈਮ ਫਿਕਸ ਕਰਨਾ, ਸਾਧ ਸੰਗਤ ਸਾਧੂ ਕਿਸੇ ਦਾ ਗੁਲਾਮ ਨਹੀਂ, ਉਹ ਜਦੋਂ ਚੱਲਦਾ ਰੱਬ ਦੇ ਹੁਕਮ ਦੇ ਅਧੀਨ ਚੱਲਦਾ, ਉਹ ਬੰਦਿਆਂ ਦੇ ਅਧੀਨ ਨਹੀਂ ਚੱਲਦਾ। ਸਾਧ ਸੰਗਤ ਇਹ ਉਹਦੀ ਮਜਬੂਰੀ, ਕਿਉਂਕਿ ਉਹਦੇ ਅੰਦਰ ਆਪਣੇ ਆਪ ਅਕਾਲ ਪੁਰਖ ਦੀ ਉਹ ਚੀਜ਼ ਵਰਤਦੀ ਹੈ, ਉਹਦੇ ਵਸ ਵਿੱਚ ਰਹਿੰਦਾ ਹੀ ਨਹੀਂ। ਜਿਹਨੂੰ ਕੋਈ ਗੁਲਾਮ ਨਹੀਂ ਕਰ ਸਕਦਾ ਉਹ ਰੱਬ ਉਹਦੇ ਅੰਦਰ ਵਸ ਜਾਂਦਾ, ਇਹ ਉਹਦੇ ਵਸ ਦੀ ਗੱਲ ਹੀ ਨਹੀਂ ਰਹਿੰਦੀ। ਜੂਨ 1984 ਦਾ ਸਾਕਾ ਮੈਂ ਲਗਾਤਾਰ 5-6 ਦਿਨ ਥੋੜ੍ਹੇ ਸਾਲ ਪਹਿਲਾਂ ਲੁਧਿਆਣੇ ਸੁਣਾ, ਔਰ ਉੱਥੇ ਬਕਾਇਦਾ 2 ਦਿਨ ਪਹਿਲਾਂ ਅਸੀਂ ਬੇਨਤੀ ਕਰਦੇ ਰਹੇ ਕਿ ਪੂਰੇ ਸ਼ਹਿਰ ਦੇ, ਕਿਉਂਕਿ ਫਸਟ ਵੇ ਤੇ ਲਾਈਵ ਚੱਲਣਾ ਸੀ, ਹਿੰਦੂ ਵੀਰ ਮੁਸਲਮਾਨ ਵੀਰ ਸਭ ਸੁਣਨ ਆਉਣ, ਕਿਉਂਕਿ ਸਾਡਾ ਸ਼ਹਿਰ ਮਹਾਜਨਾਂ ਦਾ। ਸਾਧ ਸੰਗਤ ਉੱਥੇ ਕਿਹਾ ਸਭ ਸੁਣਨ ਆਉਣ, ਔਰ ਇਮਾਨਦਾਰੀ ਨਾਲ ਸੁਣਿਓ, ਇੱਕ ਇੱਕ ਗੱਲ ਇਮਾਨਦਾਰੀ ਨਾਲ ਸੁਣਾਈ ਜਾਏਗੀ, ਸੁਣਨ ਤੋਂ ਬਾਅਦ 4th ਦਿਨ ਫੈਸਲਾ ਦੇ ਦਿਓ ਗੱਲ ਗਲਤ ਹੋਈ ਹੈ ਕਿ ਸਹੀ ਹੋਈ ਹੈ। ਉਹ ਸਿੱਖੋ ਜਦੋਂ ਆਹ ਕੁਝ ਤੁਹਾਡੇ ਨਾਲ ਦੁਨੀਆ ਦੇ ਲੋਕੋ ਵਰਤੇ ਤੇ ਉਦੋਂ ਕੀ ਹੋਣਾ ਚਾਹੀਦਾ। ਸਾਧ ਸੰਗਤ ਉਹ 5-6 ਦਿਨ ਰਿਕਾਰਡਿੰਗ ਹੁੰਦੀ ਰਹੀ, ਵੱਡੇ ਵੱਡੇ ਮਹਾਜਨ ਬੰਦੇ ਆ ਕੇ ਸੁਣਦੇ ਰਹੇ। ਅਖੀਰ ਇੱਕ ਲਾਲਾ ਬੰਦਾ ਰੋ ਕੇ ਕਹਿੰਦਾ ਸੀ, ਇਹ ਗੱਲ ਸੱਚ ਹੈ ਭਾਈ ਸਾਹਿਬ, ਅਸੀਂ ਕੁਝ ਹੋਰ ਕਹਿੰਦੇ ਰਹੇ, ਪਰ ਜੇ ਇੰਨੀ ਬਦੀਕੀ ਕਿਸੇ ਨਾਲ ਵੀ ਹੋਵੇ ਤਾਂ ਉਹ ਬੰਦਾ ਫਿਰ ਕੀ ਕਰੇ, ਆਹ ਕੁਝ ਤੇ ਹੋਣਾ ਹੀ ਸੀ ਜੋ ਕੁਝ ਹੋਇਆ। ਸਾਧ ਸੰਗਤ ਜਿੱਥੇ ਸੰਤ ਨਿਰਮਾਣਤਾ ਵਿੱਚ ਰਹਿੰਦਾ ਉੱਥੇ ਸਾਧੂ ਕਿਸੇ ਦੀ ਗੁਲਾਮੀ ਨਹੀਂ ਕਰਦਾ। ਹਾਂ, ਉਹ ਗੁਲਾਮ ਰਹਿੰਦਾ ਆਪਣੇ ਗੁਰੂ ਦਾ, ਗੁਰੂ ਦੇ ਪਿਆਰ ਵਾਲਿਆਂ ਦੀ ਚਰਨ ਧੂੜ ਬਣ ਕੇ ਰਹਿੰਦਾ, ਉਹਨੂੰ ਪੰਥ ਗੁਰੂ ਦੇ ਸਿੱਖ ਹੁਕਮ ਕਰ ਦੇਣ। ਅਤੇ ਸਾਧ ਸੰਗਤ ਸਾਧੂ ਇੱਕਦਮ ਖਾਕ ਹੋ ਜਾਂਦਾ, ਅਤੇ ਦੂਜੇ ਪਾਸੇ ਕੋਈ ਹੰਕਾਰ ਨਾਲ ਕਵੇ ਨੂੰ ਚੁਕਾਉਣਾ, ਉਹਨੂੰ ਦੁਨੀਆ ਦੀ ਕੋਈ ਤਾਕਤ ਨਹੀਂ ਚੁਕਾ ਸਕਦੀ। ਇੱਕ ਛੋਟੀ ਜਿਹੀ ਗੱਲ ਮੈਂ ਸਿੱਖਾਂ ਦੀ ਮਿਸਲਾਂ 'ਚੋਂ ਕਹਿਣੀ ਹੈ। ਸਿੱਖ ਕੌਮ ਵਿੱਚ ਵੇਖੋ, ਜਿਨ੍ਹਾਂ ਦੇ ਅੰਦਰ ਸ਼ਬਦ ਦਾ ਰਸ ਭਰ ਜਾਏ ਤਾਂ ਉਹਨਾਂ ਦੀਆਂ ਅੱਖਾਂ ਵਿੱਚ, ਉਹਨਾਂ ਦੇ ਚਿਹਰੇ, ਉਹਨਾਂ ਦੇ ਜੀਵਨ ਵਿੱਚੋਂ ਕੀ ਕੁਝ ਬਾਹਰ ਆਉਂਦਾ। ਪੰਥ ਅੱਜ ਬਹੁਤ ਵੱਡੀ ਮੁਸ਼ਕਲ ਵਿੱਚੋਂ ਲੰਘ ਰਿਹਾ। ਸਾਧ ਸੰਗਤ, ਪਰ ਜੇ ਕਿਸੇ ਬੰਦੇ ਨੂੰ ਭੁਲੇਖਾ ਹੋਵੇ ਮੇਰੇ ਕਰਨ ਦੇ ਨਾਲ ਆਹ ਕੁਝ ਹੋ ਜਾਣਾ,
ਤਾਂ ਇਹ ਪੰਥ ਕਿਸੇ ਬੰਦੇ ਦਾ ਬਣਾਇਆ ਨਹੀਂ, ਇਹ ਪੰਥ ਕਿਸੇ ਬੰਦੇ ਦੇ ਮਿਟਾਇਆ ਨਹੀਂ ਮਿਟੇਗਾ, ਨਾ ਕਿਸੇ ਬੰਦੇ ਨੇ ਬਣਾਇਆ। ਇਹ ਪੰਥ ਨੂੰ ਬਣਾਉਣ ਵਾਲਾ ਵੀ ਕਲਗੀਆਂ ਵਾਲਾ ਆਪ ਹੈ, ਚਲਾਉਣ ਵਾਲਾ ਵੀ ਕਲਗੀਆਂ ਵਾਲਾ ਆਪ ਹੈ। ਦੁਨੀਆਂ ਦੀ ਕੋਈ ਤਾਕਤ ਪੰਥ ਨੂੰ ਨਹੀਂ ਮਿਟਾ ਸਕਦੀ। ਸਾਧ ਸੰਗਤ ਦੇ ਮਤਾ ਲੋਕਾਂ ਦੇ ਅੰਦਰ ਭੁਲੇਖ ਹੈ, ਕਿਸ ਤਰ੍ਹਾਂ ਹੋ ਜਾਏ। ਕਲਗੀ ਧਰ ਪਾਤਸ਼ਾਹ ਕੁਰਬਾਨੀ ਇੰਨੀ ਵੱਡੀ ਕਰ ਗਏ ਨੇ, ਇਸ ਪੰਥ ਦੀ ਸਦਾ ਹੀ ਚੜ੍ਹਦੀ ਕਲਾ ਰਹੇਗੀ। ਜਿੱਦਣ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀ ਧਰ ਪਾਤਸ਼ਾਹ ਆਪਣੇ ਪੁੱਤਾਂ ਦੀਆਂ ਲਾਸ਼ਾਂ ਕੋਲੋਂ ਲੰਘੇ ਨਾ ਜੀ, ਚਮਕੌਰ ਦੀ ਗੜੀ ਵਿੱਚ, ਇੱਕ ਇਤਿਹਾਸਕਾਰ ਲਿਖਦਾ ਹੈ ਭਾਈ ਦਇਆ ਸਿੰਘ ਨੇ ਹੱਥ ਜੋੜ ਕੇ ਕਿਹਾ, ਪਾਤਸ਼ਾਹ ਆਪਣੇ ਪੁੱਤਰਾਂ ਵੱਲ ਵੇਖਦੇ ਲਓ। ਕਲਗੀ ਧਰ ਪਾਤਸ਼ਾਹ ਨੇ ਕਿਹਾ, ਕਿਹੜੇ ਕਿਹੜੇ ਅਜੀਤ ਵੱਲ ਵੇਖਾਂ, ਕਿਹੜੇ ਕਿਹੜੇ ਜੁਝਾਰ ਵੱਲ ਵੇਖਾਂ, ਮੇਰਾ ਇੱਕ ਅਜੀਤ ਜੁਝਾਰ ਨਹੀਂ, ਆਹ ਮੇਰੇ ਜਿੰਨੇ ਸ਼ਹੀਦ ਸਿੱਖ ਪਏ ਨੇ ਸਭ ਮੈਨੂੰ ਅਜੀਤ ਤੇ ਜੁਝਾਰ ਨਾਲੋਂ ਪਿਆਰੇ ਨੇ। ਸਾਧ ਸੰਗਤ ਪਿਆਰੇ ਦਇਆ ਸਿੰਘ ਨੇ ਕਿਹਾ, ਮਹਾਰਾਜ ਤੁਹਾਡਾ ਪੂਰਾ ਗੁੱਸਾ ਜ਼ਾਲਮਾਂ ਨੇ ਤੁਹਾਡੇ ਪੁੱਤਰ ਬਾਬਾ ਅਜੀਤ ਸਿੰਘ ਤੇ ਕੱਢਿਆ, ਤੁਹਾਡਾ ਪੂਰਾ ਗੁੱਸਾ ਦੁਸ਼ਮਣ ਨੇ ਜੁਝਾਰ ਸਿੰਘ ਤੇ ਕੱਢਿਆ, ਵੇਖੋ ਤੇ ਸਹੀ, ਵਰਸ਼ੀਆਂ ਮਾਰ ਮਾਰ ਕੇ ਸਰੀਰ ਛਾਤੀ ਵਰਸ਼ੀਆਂ ਨਾ ਪਾੜੀ ਪਈ ਹੈ। ਮਹਾਰਾਜ ਉਹਨਾਂ ਪੂਰਾ ਪੋਟਾ ਪੋਟਾ ਵਿੰਡ ਦਿੱਤਾ, ਆਪਣੇ ਪੁੱਤਾਂ ਦੀਆਂ ਲਾਸ਼ਾਂ ਤੇ ਵੇਖ ਜਾਓ। ਮਹਾਰਾਜ ਛਾਤੀਆਂ ਵਰਸ਼ੀਆਂ ਮਾਰ ਮਾਰ ਕੇ ਛਾਤੀਆਂ ਪਾੜ ਦਿੱਤੀਆਂ ਨੇ। ਪਾਤਸ਼ਾਹ ਇੱਕ ਬੇਨਤੀ ਮੰਨੋ, ਮੈਂ ਦੁਮੱਲੇ ਦਾ ਕੱਪੜਾ ਦਿੰਦਾ, ਦੁਮਨ ਦੇ ਮੂੰਹ ਉੱਤੇ ਕੱਪੜਾ ਪਾ ਕੇ ਪਿਤਾ ਹੋਣ ਦਾ ਇੱਕ ਫਰਜ਼ ਨਿਭਾ ਜਾ। ਇਸ ਧਰਤੀ ਤੇ ਪਿਓ ਕਿੰਨਾ ਵੀ ਗਰੀਬ ਹੋਵੇ, ਉਹਦੀ ਔਲਾਦ ਨੂੰ ਕਫਨ ਜ਼ਰੂਰ ਨਸੀਬ ਹੁੰਦਾ ਹੈ। ਮਹਾਰਾਜ ਮੈਨੂੰ ਪਤਾ ਹੈ ਸੰਸਕਾਰ ਕਰਨਾ ਤੇ ਯੋਗ ਨਹੀਂ, ਪਰ ਕਫਨ ਤੇ ਪਾਇਆ ਜਾ ਸਕਦਾ ਹੈ। ਗਰੀਬ ਤੋਂ ਗਰੀਬ ਪਿਓ ਵੀ ਹੋਵੇ, ਭਾਵੇਂ ਕਰਜ਼ਾ ਚੁੱਕ ਕੇ ਪੁੱਤ ਦਾ ਸੰਸਕਾਰ ਕਰੇ ਕਫਨ ਪਾਏ, ਉਹ ਉਧਾਰ ਕਰਜ਼ਾ ਪੈਸਾ ਚੁੱਕ ਕੇ ਵੀ ਕਫਨ ਪਾ ਦਿੰਦਾ, ਤੂੰ ਤੇ ਸ਼ਹਿਨ ਸ਼ਾਹਾਂ ਦਾ ਸ਼ਹਿਨ ਸ਼ਾਹ ਹੈ ਕਲਗੀ ਧਰ ਪਾਤਸ਼ਾਹ, ਮਹਾਰਾਜ ਤੁਸੀਂ ਕਿਉਂ ਨਹੀਂ ਕਫਨ ਪਾਉਂਗੇ? ਮਹਾਰਾਜ ਮੈਂ ਕੱਪੜਾ ਦਿੰਦਾ, ਦੋਵਾਂ ਦਾ ਮੂੰਹ ਢੱਕ ਜਾਓ। ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ, ਨਹੀਂ ਦਇਆ ਸਿੰਘ, ਜੇ ਇਹ ਕੁਝ ਕੀਤਾ ਤਾਂ ਰਹਿੰਦੀ ਦੁਨੀਆਂ ਤੱਕ ਲੋਕ ਉਂਗਲ ਚੁੱਕਣਗੇ। ਗੁਰੂ ਗੋਬਿੰਦ ਸਿੰਘ ਨੇ ਪੁੱਤਾਂ ਤੇ ਸਿੱਖਾਂ ਵਿੱਚ ਫਰਕ ਕੀਤਾ, ਮੇਰੇ ਪੁੱਤਰ ਬਾਅਦ ਵਿੱਚ ਨੇ, ਮੇਰੇ ਸਿੱਖ ਪਹਿਲਾਂ ਨੇ। ਸਾਧ ਸੰਗਤ ਅਰਦਾਸ ਦਾ ਦੂਜਾ ਪੈਰਾ ਪੜਿਓ, ਚਾਰ ਸਾਹਿਬਜ਼ਾਦਿਆਂ ਦਾ ਨਾਮ ਬਾਅਦ ਵਿੱਚ ਆਉਂਦਾ, ਪਹਿਲਾਂ ਪੰਜ ਪਿਆਰਿਆਂ ਦਾ ਨਾਮ ਆਉਂਦਾ। ਗੁਰੂ ਗੋਬਿੰਦ ਸਾਹਿਬ ਮਹਾਰਾਜ ਸਾਨੂੰ ਦੇ ਕੇ ਗਏ, ਰਹਿਤ ਦੇ ਕੇ ਗਏ ਨੇ। ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣਾ, ਉੱਥੇ ਪਾਤਸ਼ਾਹ ਨੇ ਕਿਹਾ, ਜਦੋਂ ਮੇਰਾ ਪੰਥ ਦੁੱਖ ਸੁੱਖ ਵਿੱਚ ਇਕੱਠਾ ਹੋਏ, ਉਦੋਂ ਪਹਿਲਾਂ ਯਾਦ ਰੱਖਿਓ ਗੁਰੂ ਕੇ ਸਿੱਖੋ, ਬੇਸ਼ੱਕ ਮੇਰੇ ਚੌਵਾਂ ਸਾਹਿਬਜ਼ਾਦਿਆਂ ਨੂੰ ਕਦੇ ਚੇਤੇ ਨਾ ਕਰਿਓ, ਬੇਸ਼ੱਕ ਮੇਰੀ ਮਾਂ ਗੁਜਰੀ ਨੂੰ ਕਦੇ ਯਾਦ ਨਾ ਕਰਿਓ, ਪਰ ਮੇਰੇ ਪੰਜ ਪਿਆਰਿਆਂ ਨੂੰ ਕਦੇ ਨਾ ਭੁੱਲ ਜਿਓ। ਸਭ ਤੋਂ ਪਹਿਲਾਂ ਪੰਜ ਪਿਆਰਿਆਂ ਨੂੰ ਯਾਦ ਕਰਿਓ, ਜਿਹੜਾ ਪੰਜਾਂ ਪਿਆਰਿਆਂ ਨੂੰ ਭੁੱਲ ਜਾਏਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲੋਂ ਟੁੱਟ ਜਾਏਗਾ। ਇਤਿਹਾਸ ਪੜਿਓ। ਇਸ ਲਈ ਜਦੋਂ ਦੀਵਾਨ ਵਿੱਚ ਕੜਾ ਪ੍ਰਸ਼ਾਦ ਵਰਤਾਇਆ ਜਾਣਾ, ਤੁਹਾਡੀ ਮਰਿਆਦਾ ਹੈ ਜੀ, ਪਹਿਲਾਂ ਪੰਜ ਪਿਆਰਿਆਂ ਦਾ ਗੱਫਾ ਕੱਢਿਆ ਜਾਂਦਾ, ਉਹਦੇ ਵਿੱਚ ਬਾਬੇ ਅਜੀਤ ਸਿੰਘ ਦੇ ਨਾਮ ਦਾ ਕੋਈ ਪ੍ਰਸ਼ਾਦ ਨਹੀਂ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਿਬਜ਼ਾਦਿਆਂ ਦੇ ਨਾਮ ਦਾ ਕੋਈ ਗੱਫਾ ਨਹੀਂ, ਮਾਂ ਗੁਜਰੀ ਦੇ ਨਾਮ ਦਾ ਕੋਈ ਗੱਫਾ ਨਹੀਂ। ਪੰਜ ਗੱਫੇ ਕੱਢੇ ਜਾਣਗੇ ਪਹਿਲਾਂ ਪੰਜ ਪਿਆਰਿਆਂ ਦੇ ਨਾਂ 'ਤੇ। ਅਤੇ ਪਿਆਰੇ ਦਇਆ ਸਿੰਘ ਨੇ ਕਿਹਾ, ਮਹਾਰਾਜ ਮੈਂ ਤਾਂ ਇਸ ਲਈ ਕਹਿੰਦਾ ਸੀ, ਵਰਸ਼ੀਆਂ ਨਾਲ ਸਰੀਰ ਵਿੰਨ ਦਿੱਤੇ ਨੇ ਤੇਰੇ ਪੁੱਤਰਾਂ ਦੇ। ਮਹਾਰਾਜ ਸਵੇਰੇ ਦਿਨ ਚੜ੍ਹਨਾ ਇੱਲਾਂ ਆਉਣਗੀਆਂ, ਮਾਸ ਨੋਚ ਨੋਚ ਕੇ ਖਾਣਗੀਆਂ, ਮਹਾਰਾਜ ਇਸ ਲਈ ਮੈਂ ਕਹਿੰਦਾ ਕੱਪੜਾ ਪਾ ਜਾਓ, ਲਾਸ਼ਾਂ ਵੇਖਣ ਦੇ ਯੋਗ ਨੇ। ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਬਚਨ ਕਹਿ, ਦਇਆ ਸਿੰਘ ਮੇਰੇ ਪੁੱਤਾਂ ਦੀਆਂ ਲਾਸ਼ਾਂ ਦਾ ਮਾਸ ਖਾ ਲੈਣ ਦੇ ਇੱਲਾਂ ਨੂੰ, ਜਿੰਨਾ ਮਾਸ ਨੋਚ ਕੇ ਇੱਲਾਂ ਆਕਾਸ਼ ਵਿੱਚ ਉੱਚਾ ਉੱਡਣਗੀਆਂ, ਇੱਕ ਦਿਨ ਇੰਨੇ ਹੀ ਉੱਚੇ ਮੇਰੇ ਪੰਥ ਦੇ ਕੇਸਰੀ ਨਿਸ਼ਾਨ ਸਾਹਿਬ ਝੂਲਣਗੇ। ਸਾਧ ਸੰਗਤ ਇਹ ਨਿਸ਼ਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕੁਰਬਾਨੀ ਕਰਕੇ ਝੂਲਦੇ ਨੇ, ਔਰ ਪਾਤਸ਼ਾਹ ਦੀ ਕੁਰਬਾਨੀ ਨਾਲ ਆਪਣੇ ਆਪ ਕੌਮ ਦੇ ਸੰਤ ਆਉਂਦੇ ਰਹਿਣਗੇ, ਆਪਣੇ ਆਪ ਕੌਮ ਦੇ ਸੂਰਵੀਰ ਬਹਾਦਰ ਪੈਦਾ ਹੁੰਦੇ ਰਹਿਣਗੇ। ਪੰਥ ਦਾ ਇੱਕ ਦਿਨ ਇਸ ਤਰ੍ਹਾਂ ਦਾ ਮਸਲਾ ਬਣਿਆ, ਬਾਰਾਂ ਹੀ ਮਿਸਲਾਂ, ਉਹਨਾਂ ਵਿੱਚੋਂ ਇੱਕ ਮਿਸਲ ਹੈ ਜੀ ਸ਼ੁਕਰ ਚੱਕੀਆਂ ਮਿਸਲ। ਮੈਂ ਥੋੜ੍ਹੇ ਮਿੰਟਾਂ ਵਿੱਚ ਸਮਾਪਤੀ ਕਰ ਦੇਣੀ, ਸਮਾਂ ਸਮਾਪਤ ਹੈ। ਉਹ ਸ਼ੁਕਰ ਚੁੱਕੀਆਂ ਮਿਸਲ ਦਾ ਸਰਦਾਰ ਸਰੀਰ ਛੱਡ ਗਿਆ, ਸਰਦਾਰ ਮਹਾਂ ਸਿੰਘ। ਜਦੋਂ ਸਰਦਾਰ ਮਹਾਂ ਸਿੰਘ ਚੜ੍ਹਾਈ ਕਰਕੇ ਰੌਲਾ ਪੈ ਗਿਆ, ਹੁਣ ਇਹਦੀ ਮਿਸਲ ਸੰਭਾਲੇਗਾ ਕੌਣ, ਇਹਦੀ ਮਿਸਲ ਕੌਣ ਸੰਭਾਲੇਗਾ? ਇਹਦਾ ਪੁੱਤਰ 11 ਸਾਲ ਦਾ ਹੈ ਤੇ ਇਹਦੀ ਮਿਸਲ ਦੀ ਸੰਭਾਲ ਕੌਣ ਕਰੇਗਾ? ਬੀਬੀ ਕੋਲੋਂ ਮਿਸਲ ਚੱਲਣੀ ਨਹੀਂ,
ਤੇ ਪੰਥ ਦੇ ਸਰਦਾਰਾਂ ਵਿੱਚ ਰੌਲਾ ਪੈ ਗਿਆ ਜੀ ਆਪਾਂ ਕਬਜ਼ਾ ਕਰ ਲਾਂਗੇ, ਆਪਾਂ ਕਬਜ਼ਾ ਕਰ ਲਾਂਗੇ। ਜਿਹਦੇ ਵਿੱਚ ਬਲ ਹੋਏਗਾ ਉਦਣ ਖੋਲੇਗਾ। ਸਾਹ ਸੰਗਤ ਜਦੋਂ ਇਸ ਤਰ੍ਹਾਂ ਰੌਲਾ ਪਿਆ, ਕਿਸੇ ਨੇ ਸਰਦਾਰ ਮਹਾਂ ਸਿੰਘ ਦੀ ਸਰਦਾਰਨੀ ਨੂੰ ਦੱਸਿਆ, ਸਰਦਾਰਨੀ ਹੈ ਤੈਨੂੰ ਪਤਾ ਜਿੱਦਣ ਤੇਰੇ ਸਰਦਾਰ ਦਾ ਦਸਵਾਂ ਹੋਣਾ ਭੋਗ ਪੈਣਾ, ਆਹ ਮਿਸਲ ਤਬਾਹ ਕਰਕੇ ਖਾਲਸਿਆਂ ਨੇ ਲੁੱਟ ਲੈਣੀ ਹੈ। ਆਪਸ ਵਿੱਚ ਗੱਲਾਂ ਚੱਲਦੀਆਂ ਨੇ, ਕੋਈ ਕਹਿੰਦਾ ਮੈਂ ਕਬਜ਼ਾ ਕਰਨਾ, ਕੋਈ ਕਹਿੰਦਾ ਮੈਂ। ਉਦਣ ਮਿਸਲਾਂ ਦੇ ਸਰਦਾਰਾਂ ਦੀ ਲੜਾਈ ਹੋਈ ਤੇ ਉਹ ਬੜੀ ਉਦਾਸ ਹੋ ਗਈ। ਉਹਨੇ ਕਿਹਾ ਜਿੱਥੇ ਸਿਰ ਦਾ ਸਾਈਂ ਚਲਾ ਗਿਆ ਮੈਨੂੰ ਮਿਸਲ ਦੀ ਰਾਜ ਦੀ ਗੱਲ ਨਹੀਂ, ਗੁਜਰਾਂ ਵਾਲਾ ਲਾਹੌਰ ਚਲਾ ਜਾ ਮੈਨੂੰ ਕੋਈ ਦੁੱਖ ਨਹੀਂ, ਪਰ ਇਸ ਜੱਦੋ ਜ਼ਹਿਰ ਵਿੱਚ ਮੇਰੇ 11 ਸਾਲ ਦੇ ਪੁੱਤ ਨੂੰ ਨਾ ਨਾ ਮਾਰ ਦੇ, ਮੇਰਾ ਪੁੱਤ ਬਚ ਜਾਏ। ਅਤੇ ਨਾਲ ਗੁਰਸਿੱਖ ਪਿਆਰ ਵਾਲਾ ਸੀ, ਉਹਨੇ ਕਿਹਾ ਸਰਦਾਰਨੀ ਜੀ ਇੱਕ ਪੰਥ ਵਿੱਚ ਇੱਦਾਂ ਦੀ ਹਸਤੀ ਹੈ, ਜੇ ਉਹ ਭੋਗ 'ਤੇ ਆ ਜਾਣ ਮਿਸਲਾਂ ਦੇ ਕਿਸੇ ਸਰਦਾਰ ਵਿੱਚ ਤਾਕਤ ਨਹੀਂ ਕਿ ਤੇਰੇ ਰਾਜ ਵੱਲ ਉਹ ਮੂੰਹ ਵੀ ਕਰ ਸਕ। ਉਹਨੇ ਕਿਹਾ ਉਹ ਕੌਣ ਹੈ? ਕਹਿਣਗੇ ਮਹਾਂਰਸੀਏ, ਨਾਮ ਜਪਣ ਵਾਲੇ, ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਅੰਸ਼ ਵੰਸ਼, ਬਾਬਾ ਸਾਹਿਬ ਸਿੰਘ ਜੀ। ਸਾਧ ਸੰਗਤ ਜਦੋਂ ਕਿਹਾ ਬਾਬਾ ਸਾਹਿਬ ਸਿੰਘ ਜੀ, ਉਹ ਸੰਤ ਵੀ ਸਨ ਅਤੇ ਸਿਪਾਹੀ ਵੀ ਸਨ, ਵੇਖੋ ਜਪਣ ਵਾਲਿਆਂ ਵਿੱਚ ਕੀ। ਅਤੇ ਸੁਣਿਆ ਕੱਲਿਆ ਉਦੋਂ ਉਹਨਾਂ ਨੇ ਮਰੇਲਕੋਟਲਾ ਜਿੱਤਿਆ ਸੀ, ਉਦੋਂ ਕਿਹਾ ਸੰਤ ਜੀ ਆਹ ਕੁਝ ਭਾਣਾ ਵਾਪਰਿਆ, ਸਰਦਾਰ ਮਹਾਂ ਸਿੰਘ ਚੜ੍ਹਾਈ ਕਰ ਗਏ, ਉਹਨਾਂ ਦਾ ਭੋਗ ਹੈ ਅਤੇ ਆਹ ਕੁਝ ਪੰਥ ਵਿੱਚ ਚੱਲ ਰਿਹਾ। ਉਹਨਾਂ ਸੁਣਿਆ ਕੱਲਿਆ ਜਾਓ ਸਰਦਾਰਨੀ ਨੂੰ ਸੁਣਿਆ ਦਿਓ ਕਿ ਸਰਦਾਰਨੀ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ 'ਤੇ ਭਰੋਸਾ ਰੱਖੋ, ਅਸੀਂ ਸਹਿਜ ਪਾਠ ਦੇ ਭੋਗ 'ਤੇ ਪਹੁੰਚਾਂਗੇ, ਗੁਰੂ ਗ੍ਰੰਥ ਸਾਹਿਬ ਨਜ਼ਰ ਕਰਨਗੇ। ਜਿਹਦੇ ਸਿਰ 'ਤੇ ਗੁਰੂ ਗ੍ਰੰਥ ਸਾਹਿਬ ਛਤਰ ਰੱਖਦੇ ਨੇ, ਦੁਨੀਆਂ ਦੀ ਕੋਈ ਤਾਕਤ ਨਹੀਂ ਖੋ ਸਕਦੀ। ਸਾਧ ਸੰਗਤ ਉਹ ਮਹਾਂਪੁਰਸ਼ ਆ ਗਏ ਜੀ, ਜਪਣ ਵਾਲੇ ਸਨ, ਭੋਗ ਪਿਆ, ਅਰਦਾਸ ਹੋਈ, ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮਨਾਮਾ ਹੋਇਆ, ਸ਼ਸਤਰਧਾਰੀ ਨਾਮ ਜਪਣ ਵਾਲੇ ਸਨ, ਬਾਬਾ ਸਾਹਿਬ ਸਿੰਘ ਜੀ ਉੱਠ ਕੇ ਖਲੋ ਗਏ। ਉੱਠ ਕੇ ਉਹਨਾਂ ਮਾਈਕ ਪਕੜ ਕੇ ਸਾਰੀ ਸੰਗਤ ਵਿੱਚ ਜੋ ਉਦੋਂ ਵਕਸ ਭਰੀ ਸੰਗਤ ਵਿੱਚ, ਪਹਿਲਾਂ ਫਤਿਹ ਬੁਲਾਈ, ਫਿਰ ਜਿਹੜੀ ਦਸਤਾਰ ਸੀ ਉਹ ਆਪਣੇ ਹੱਥ ਵਿੱਚ ਲਈ, ਦਸਤਾਰ ਲੈ ਕੇ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਛੁਆਈ, ਔਰ ਉਹ ਤੋਂ ਬਾਅਦ ਆਵਾਜ਼ ਦੇ ਕੇ ਕਿਹਾ ਇਸ ਬੇਟੇ ਨੂੰ ਬੁਲਾਓ ਜਿਹਦੀ ਉਮਰ 11 ਸਾਲ ਦੀ ਹੈ। ਸਰਦਾਰਨੀ ਨੇ ਆਪਣੇ ਪੁੱਤਰ ਨੂੰ ਅੱਗੇ ਕੀਤਾ, 11 ਸਾਲ ਦੀ ਉਮਰ, ਪੁੱਛਿਆ ਬੇਟਾ ਨਾਮ ਕੀ ਹੈ? ਕਹਿੰਦੇ ਜੀ ਮੇਰਾ ਨਾਮ ਰਣਜੀਤ ਸਿੰਘ। ਗੁਰੂ ਗ੍ਰੰਥ ਸਾਹਿਬ ਜੀ ਦੀ ਸਨਮੁਖ ਤਾਬਿਆ ਚਰਨਾਂ ਵਿੱਚ ਬਿਠਾਇਆ, ਬਾਬਾ ਸਾਹਿਬ ਸਿੰਘ ਜੀ ਨੇ ਦਸਤਾਰ ਉਹਨਾਂ ਦੇ ਸੀਸ 'ਤੇ ਸਜਾਈ ਅਤੇ ਕਿਹਾ ਬੇਟਾ ਪਹਿਲਾਂ ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ ਕਰ, ਫਿਰ ਗੁਰੂ ਦੇ ਪੰਥ ਨੂੰ ਫਤਿਹ ਬੁਲਾ। ਜਦੋਂ ਰਣਜੀਤ ਸਿੰਘ ਦੀ 11 ਸਾਲ ਦੀ ਉਮਰ, ਸਿਰ 'ਤੇ ਦਸਤਾਰ ਸਜਾ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਿਆ, ਪਰਤ ਕੇ ਪੰਥ ਵੱਲ ਹੱਥ ਜੋੜ ਕੇ ਫਤਿਹ ਬੁਲਾਈ, ਨਾਲ ਖਲੋ ਕੇ ਬਾਬਾ ਸਾਹਿਬ ਸਿੰਘ ਜੀ ਨੇ ਕਿਹਾ ਜਿਹਦੇ ਸਿਰ 'ਤੇ ਗੁਰੂ ਗ੍ਰੰਥ ਸਾਹਿਬ ਛਤਰ ਰੱਖ ਦੇਣ ਉਹਨੂੰ ਦੁਨੀਆਂ ਦੀ ਕੋਈ ਤਾਕਤ ਛਤਰ ਖੋ ਨਹੀਂ ਸਕਦੀ, ਜਾਓ ਗੁਰੂ ਗ੍ਰੰਥ ਸਾਹਿਬ ਨਜ਼ਰ ਕਰਨਗੇ, ਅੱਜ ਤੇਰਾ ਨਾਮ ਬੇਟਾ ਰਣਜੀਤ ਸਿੰਘ ਹੈ, ਵਕਤ ਆਏਗਾ ਦੁਨੀਆਂ ਤੈਨੂੰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਕਹੇਗੀ। ਸਾਧ ਸੰਗਤ ਇੱਕ ਸੰਤ ਨੇ ਸਿਰ 'ਤੇ ਦਸਤਾਰ ਬੰਨੀ, 12 ਦੀਆਂ 12 ਮਿਸਲਾਂ ਉਹਦੇ ਕਬਜ਼ੇ ਵਿੱਚ ਹੋਈਆਂ, ਉਹਨੇ ਸਿੱਖੀ ਦੇ ਰਾਜ ਦੇ ਝੰਡੇ ਕੱਢੇ। ਅਤੇ ਦੂਜੇ ਪਾਸੇ ਬੇਨਤੀ ਸਮਝੋ, ਇੱਕ ਪੁਸਤਕ ਪੜ੍ਹਿਓ ਜੀ ਸਿੱਖ ਰਾਜ ਕਿਵੇਂ ਗਿਆ, ਉਹਦੇ ਵਿੱਚ ਤੁਸੀਂ ਹੈਰਾਨ ਹੋਵੋਗੇ, ਇੱਕ ਸੰਤ ਦੀ ਸ਼ਹਾਦਤ ਹੋਈ ਅਤੇ ਸਿੱਖ ਰਾਜ ਖਤਮ ਹੋ ਗਿਆ। ਸੰਤ ਨੇ ਸਿਰ 'ਤੇ ਤਾਜ ਰੱਖਿਆ ਅਤੇ ਸਿੱਖ ਰਾਜ ਸ਼ੁਰੂ ਹੋਇਆ, ਜਿੱਦਣ ਆਪਣਿਆਂ ਨੇ ਸੰਤ ਮਾਰ ਦਿੱਤਾ ਉੱਦਣ ਸਿੱਖ ਰਾਜ ਖਤਮ ਹੋ ਗਿਆ। ਅੱਜ ਸਾਨੂੰ ਇਸ ਗੱਲ ਦੀ ਜ਼ਰੂਰਤ ਹੈ, ਆਪਸ ਅੰਦਰ ਸਤਿਗੁਰੂ ਪ੍ਰੇਮ ਪਿਆਰ ਬਖਸ਼ਿਸ਼ ਕਰਨ, ਸਾਡੇ ਅੰਦਰ ਭਾਉ ਪੈਦਾ ਹੋਵੇ, ਜਪਣ ਵਾਲੇ ਸਾਧੂ ਇਸ ਧਰਤੀ 'ਤੇ ਪੈਦਾ ਹੋਣ। ਵੱਧ ਤੋਂ ਵੱਧ ਬਾਣੀ ਪੜ੍ਹੋ, ਬਾਣੀ ਦਾ ਅਭਿਆਸ ਕਰੋ। ਇਸ ਟਕਸਾਲ ਨੇ ਬਹੁਤ ਕੁਝ ਪੰਥ ਨੂੰ ਦਿੱਤਾ, ਸੈਂਕੜੇ ਨਹੀਂ ਲੱਖਾਂ ਵਿਦਿਆਰਥੀ ਇਸ ਟਕਸਾਲ ਨੇ ਵਿੱਦਿਆ ਵਾਲੇ ਗਿਆਨ ਬਣ ਦਿੱਤੇ ਨੇ, ਸਾਨੂੰ ਯੋਧੇ ਦਿੱਤੇ ਨੇ। ਸਾਧ ਸੰਗਤ ਇਸ ਲਈ ਸਾਨੂੰ ਇਹ ਚੀਜ਼ਾਂ ਯਾਦ ਰੱਖਣ ਦੀ ਲੋੜ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨਜ਼ਰ ਕਰਨ। ਬਾਣੀ ਨਾਲ ਜੁੜੀਏ, ਬਾਣੀ ਕੁਰਬਾਨੀ ਪੈਦਾ ਕਰਦੀ ਹੈ, ਸ਼ਬਦ ਨਾਲ ਜੁੜੀਏ, ਸ਼ਬਦ ਸਾਨੂੰ ਅੱਗੇ ਲੈ ਜਾਂਦਾ। ਟੇਕ ਰੱਖੋ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਉੱਤੇ, ਟੇਕ ਰੱਖੋ ਕਲਗੀਧਰ ਪਾਤਸ਼ਾਹ 'ਤੇ, ਤੁਹਾਡਾ ਗੁਰੂ ਬਹੁਤ ਵੱਡਾ ਹੈ, ਤੁਹਾਨੂੰ ਚਿੰਤਾ ਕਰਨ ਦੀ ਲੋੜ ਹੀ ਨਹੀਂ। ਐ ਖਾਲਸਾ ਕੌਮ, ਵਕਤ ਤੁਹਾਡੇ ਜ਼ਿੰਦਗੀ ਅੰਦਰ ਆ, ਦੇਖੋ 550 ਸਾਲ ਆਇਆ ਨਾ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਆਂ। ਇੱਕ ਅਰਦਾਸ ਹੋਰ ਕਰਿਓ, ਉਹ 2 ਸਾਲਾਂ ਨੂੰ ਦਿਨ ਆ ਜਾਏ, 4 ਸਾਲਾਂ ਨੂੰ ਆ ਜਾਏ, ਜ਼ਿੰਦਗੀ ਵਿੱਚ ਕਿਤੇ ਆਪਾਂ ਵੇਖ ਕੇ ਜਾਈਏ, ਉਹ ਦਿਨ ਆਏਗਾ। ਸਾਧ ਸੰਗਤ ਇਹ ਕਿਸ ਤਰ੍ਹਾਂ ਦਾ ਗੁਰੂ ਸਰੀਰਧਾਰੀ ਹੈ ਜੀ, ਨਿੰਦਿਆ ਨਹੀਂ ਕਿਸੇ ਦੀ,
ਉਹਦੇ 2.5 ਕਰੋੜ ਬੰਦਾ ਫਾਲੋਅਰ ਬਣ ਗਿਆ, 2.5 ਕਰੋੜ ਲੋਕ ਉਹਨੂੰ ਗੁਰੂ ਮੰਨ ਕੇ ਬੈਠੇ। ਹਰ 10 ਕਿਲੋਮੀਟਰ 'ਤੇ ਉਹਦਾ ਡੇਰਾ ਆ ਜਾਂਦਾ, ਬੜਾ ਵੱਡਾ ਸਾਮਰਾਜ ਹੈ। 2.5 ਕਰੋੜ ਤੋਂ ਵੱਧ ਲੋਕ ਉਹਦੇ ਚੇਲੇ ਨੇ। ਅਤੇ ਤੁਹਾਨੂੰ ਪਤਾ ਤੁਹਾਡਾ ਗੁਰੂ ਵਾਕੇ ਸਿੱਖੋ ਬਹੁਤ ਵੱਡਾ, ਉਹ ਜਿਹੜਾ 2.5 ਕਰੋੜ ਲੋਕਾਂ ਦਾ ਗੁਰੂ ਬਣਿਆ, ਅੱਧੀ ਅੱਧੀ ਰਾਤ ਨੂੰ ਭੇਖ ਬਦਲ ਕੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ 'ਚ ਬਹਿ ਕੇ ਆਉਂਦਾ, ਅੱਧੀ ਅੱਧੀ ਰਾਤ ਨੂੰ ਦਰਬਾਰ ਸਾਹਿਬ ਬਹਿੰਦਾ ਭੇਖ ਬਦਲ ਕੇ। ਕਿਉਂ? ਉਹ ਚਿੰਤਾ ਵਿੱਚ ਹੈ ਕਿ 2.5 ਕਰੋੜ ਲੋਕ ਨੇ, ਅੱਗੇ ਕੋਈ ਸਰੀਰ ਮਿਲਦਾ ਨਹੀਂ। ਸਾਧ ਸੰਗਤ ਤੋਂ ਦਿਨ ਆਉਣ ਵਾਲਾ ਹੀ ਹੈ ਜਿੱਦਣ ਉਹ 2.5 ਕਰੋੜ ਲੋਕਾਂ ਨੂੰ ਇਕੱਠੇ ਕਰੇਗਾ, ਇੱਕੋ ਹੀ ਆਵਾਜ਼ ਵਿੱਚ ਕਹੇਗਾ, ਅੱਜ ਤੋਂ ਬਾਅਦ ਸਰੀਰਧਾਰੀ ਗੁਰੂ ਕੋਈ ਨਹੀਂ, ਅੱਜ ਤੋਂ ਬਾਅਦ ਤੁਹਾਡਾ 2.5 ਕਰੋੜ ਦਾ ਗੁਰੂ ਵੀ ਗੁਰੂ ਗ੍ਰੰਥ ਸਾਹਿਬ ਹੈ। ਉਹਨੇ ਕਹਿ ਦੇਣਾ, ਸਾਧ ਸੰਗਤ ਤੋਂ ਕਹਿਣ ਵਾਲਾ, ਉਹ 2 ਸਾਲਾਂ ਨੂੰ ਕਹਿੰਦਾ, 4 ਨੂੰ ਕਹਿੰਦਾ, ਇਹ ਸਭ ਕੁਝ ਹੋ ਜਾਣਾ। ਜ਼ਿੰਦਗੀ ਵਿੱਚ ਆਪਾਂ ਕਿਤੇ ਉਹ ਦਿਨ ਵੇਖ ਕੇ ਜਾਈਏ ਜਿੱਦਣ 2.5 ਕਰੋੜ ਲੋਕ ਹਰ 10 ਕਿਲੋਮੀਟਰ ਦਾ ਡੇਰਾ, ਉਹ ਲਿਖ ਕੇ ਜਾਏਗਾ ਸਭ ਕੁਝ ਗੁਰੂ ਗ੍ਰੰਥ ਸਾਹਿਬ ਦੇ ਨਾਮ, ਅਤੇ 2.5 ਕਰੋੜ ਲੋਕ ਅੱਜ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ। ਸਾਡਾ ਗੁਰੂ ਜਿਹੜਾ ਸਾਧ ਸੰਗਤ, ਉਹ ਬਹੁਤ ਵੱਡਾ, ਕੁਰਬਾਨੀਆਂ ਬਹੁਤ ਵੱਡੀਆਂ ਨੇ। ਇਹ ਤਾਂ ਕਲਗੀਧਰ ਪਾਤਸ਼ਾਹ ਪੈਰਾਂ ਵਿੱਚ ਟੁੱਟਿਆ ਜੋੜਾ, ਇੱਕ ਕਵੀ ਅਤੇ ਮੈਲੇ ਕੱਪੜੇ ਆਉਂਦੇ, ਉਹ ਕਹਿੰਦਾ, ਜੀ ਮੈਂ ਵੀ ਕਵਿਤਾ ਸੁਣਾਉਣੀ ਹੈ। ਸਿੱਖ ਕਹਿੰਦੇ, ਜਾ ਪਰਾਂ ਚੱਲ, ਤੂੰ ਕਵੀ ਲੱਗਣਾ। ਆਂਦਾ, ਜੀ ਮੈਂ ਸੁਣਾਉਣੀ ਹੈ ਕਵਿਤਾ। ਗੁਰੂ ਗੋਬਿੰਦ ਸਿੰਘ ਮਹਾਰਾਜ ਆ ਗਏ, ਕਹਿਣ ਲੱਗੇ ਕੀ ਹੋਇਆ? ਕਹਿੰਦੇ, ਜੀ ਇਹ ਕਹਿੰਦਾ ਮੈਂ ਵੀ ਕਵੀ। ਮਹਾਰਾਜ ਨੇ ਕਿਹਾ, ਸੁਣਾ ਬਈ। ਉਹਨੂੰ ਕਵਿਤਾ ਸੁਣਾਈ। ਸਤਿਗੁਰਾਂ ਕਿਹਾ, ਨਾਮ ਕੀ ਹੈ? ਕਹਿੰਦਾ, ਜੀ ਗਰੀਬਾਂ ਦਾ ਕਾਹਦਾ ਨਾਮ ਹੁੰਦਾ, ਨਾਂ ਤਾਂ ਅਮੀਰਾਂ ਦਾ ਹੁੰਦਾ, ਗਰੀਬੀ 'ਚ ਤਾਂ ਨਾਮ ਵਿਗੜ ਜਾਂਦੇ। ਮਹਾਰਾਜ ਨੇ ਕਿਹਾ, ਫਿਰ ਵੀ ਕੋਈ ਨਾਮ ਮਾਂ ਪਿਓ ਨੇ ਰੱਖਿਆ ਹੋਣਾ। ਕਹਿੰਦਾ, ਜੀ ਮਾਂ ਪਿਓ ਨੇ ਨਾਮ ਰੱਖਿਆ ਹੰਸ ਰਾਮ, ਲੋਕ ਤਾਂ ਹੰਸੂ ਹੰਸੂ ਕਹਿੰਦੇ। ਕਲਗੀਧਰ ਪਾਤਸ਼ਾਹ ਨੇ ਪਿਆਰ ਨਾਲ ਕਿਹਾ, ਸੁਣਾ ਫਿਰ ਕੋਈ ਕਵਿਤਾ। ਕਵੀ ਹੰਸ ਰਾਮ ਜੀ, ਸੁਣਾਓ ਕੁਝ। ਜਦੋਂ ਇੱਕ ਸੁਣਾਈ, 2 ਕਵਿਤਾ ਰਵਾਈਆਂ ਸੁਣਾਈਆਂ, 4-1.5 ਘੰਟਾ ਮਹਾਰਾਜ ਉੱਥੋਂ ਸੁਣਦੇ ਰਹੇ। 4 ਰਵਾਈਆਂ ਉਹਨੇ ਸੁਣਾ ਦਿੱਤੀਆਂ, 1.5 ਘੰਟਾ ਸੁਣਾਉਂਦਾ ਰਿਹਾ। ਕਲਗੀਧਰ ਪਾਤਸ਼ਾਹ ਕਹਿੰਦੇ, ਖਜ਼ਾਨਚੀ ਰਾਮ ਚੰਦ ਜੀ, ਖਜ਼ਾਨੇ 'ਚ ਕਿੰਨੀ ਮਾਇਆ ਪਈ? ਕਹਿੰਦੇ, ਮਹਾਰਾਜ 18,000 ਰਾਜਤਪੁਣ। ਕਹਿੰਦੇ, ਸਾਰਾ ਹੀ ਦੇ ਦਿਓ ਇਹਨੂੰ, ਖਜ਼ਾਨਾ ਖਾਲੀ ਕਰਤਾ, ਸੋਨੇ ਦੀਆਂ ਸਭ ਮੋਹਰਾਂ ਉਹਨੂੰ ਦੇ ਦਿੱਤੀ। ਹਾਥੀ ਗਵਾਲੀਅਰ ਦੀ ਸੰਗਤ ਨੇ ਦਿੱਤਾ, ਇਹ ਵੀ ਇਹਨੂੰ ਦੇ ਦਿਓ। ਪਾਤਸ਼ਾਹ ਨੇ ਪਾਲਕੀ ਸਜਾ ਕੇ ਹਾਥੀ ਦਿੱਤਾ, ਖਜ਼ਾਨਾ ਲੱਤ, 11 ਸਿੱਖ ਇਕੱਲੇ, ਜਾਓ ਇਹਦੇ ਪਿੰਡ ਛੱਡ ਕੇ ਆਓ, ਦੁਨੀਆਂ ਵੇਖੇ ਕਵੀ ਹੰਸਰਾ ਮਾਰੇ। ਸਾਧ ਸੰਗਤ, ਜਦੋਂ ਇਹ ਚੱਲਣ ਲੱਗਾ ਨਾ, ਰੋ ਪਿਆ। ਇਹਨੇ ਹੱਥ ਜੋੜ ਕੇ ਕਿਹਾ, ਜੀ ਆਪੇ ਦਿੱਤਾ ਤੁਸੀਂ ਸਭ ਕੁਝ, ਨਾ ਮੈਂ ਹਾਥੀ ਮੰਗਿਆ ਨਾ ਖਜ਼ਾਨਾ ਮੰਗਿਆ, ਮਹਾਰਾਜ ਤੁਸੀਂ ਮੈਨੂੰ ਰਾਜਾ ਬਣਾਤਾ। ਕਲਗੀਧਰ ਪਾਤਸ਼ਾਹ, ਇੱਕ ਚੀਜ਼ ਮੰਗ ਕੇ ਲੈਣੀ। ਸਾਧ ਸੰਗਤ, ਆਪਾਂ ਵੀ ਉਹ ਚੀਜ਼ ਮੰਗੀਏ, ਪੈਸੇ ਹੀ ਨਾ ਮੰਗਦੇ ਰਹੋ ਕਿਤੇ ਗੁਰੂ ਕੋਲ। ਮਹਾਰਾਜ, ਇੱਕ ਚੀਜ਼ ਮੰਗ ਕੇ ਲੈਣੀ, ਬਾਕੀ ਤੁਸੀਂ ਆਪੇ ਦਿੱਤਾ। ਹਜ਼ੂਰ ਨੇ ਕਿਹਾ, ਮੰਗ, ਬਾਕੀ ਵੇਖਣ ਹੁਣ ਕਿਹੜੀ ਚੀਜ਼ ਰਹਿ ਗਈ ਮੰਗਣ ਵਾਲੀ। ਕਵੀ ਹੰਸ ਰਾਮ ਨੇ ਕਿਹਾ, ਮਹਾਰਾਜ ਇਹ ਸਭ ਕੁਝ ਤੁਸੀਂ ਆਪ ਦਿੱਤਾ, ਇੱਕ ਚੀਜ਼ ਮੈਂ ਝੋਲੀ ਅੱਡ ਕੇ ਮੰਗ ਕੇ ਲੈਣੀ, ਬਸ ਆਪਣੇ ਚਰਨਾਂ ਵਿੱਚ ਥਾਂ ਦੇ ਦਿਓ, ਮੈਨੂੰ ਹੋਰ ਕੁਝ ਨਹੀਂ ਚਾਹੀਦਾ। ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ, ਜਾਂ ਪ੍ਰਵਾਨ ਹੈ। ਪਾਤਸ਼ਾਹ ਨੇ ਉਹਨੂੰ 52 ਕਵੀਆਂ 'ਚ ਸ਼ਾਮਿਲ ਕੀਤਾ ਜੀ। ਜਦੋਂ ਕਟੌ 'ਚ ਗਿਆ ਨਾ, ਰਿਆਸਤ ਉਹਨੂੰ ਛੱਡਣ ਗਏ, ਕਟੌਚੀ ਇਹ ਰਿਆਸਤ ਨੇ ਕਿਹਾ, ਤੂੰ ਕੋਈ ਰਾਜਾ ਹੈ? ਉੱਥੋਂ ਦੇ ਰਾਜੇ ਕਿਰਪਾਲ ਚੰਦ ਨੇ ਕਿਹਾ, ਹਾਥੀ 'ਤੇ ਚੜ੍ਹ ਕੇ ਆਇਆ, ਨਗਾਰਾ ਵੱਜਦਾ, ਖਜ਼ਾਨਾ ਲੱਦਿਆ, ਕੋਈ ਰਾਜਾ ਹੈ? ਉਹਨੇ ਕਿਹਾ, ਨਹੀਂ। ਕਹਿੰਦਾ, ਫਿਰ ਹਾਥੀ 'ਤੇ ਕਿਵੇਂ ਬੈਠੇ? ਜਦੋਂ ਤੂੰ ਕੋਈ ਰਾਜਾ ਨਹੀਂ ਤਾਂ ਹਾਥੀ 'ਤੇ ਕਿਉਂ ਬੈਠੇ? ਉਹਨੇ ਕਿਹਾ, ਮੈਂ ਕੋਈ ਰਾਜਾ ਨਹੀਂ, ਮੈਂ ਪਤਾ ਕੌਣ ਹੈ? ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਘਰ ਦਾ ਮੰਗਤਾ ਹਾਂ। ਗੁਰੂ ਗੋਬਿੰਦ ਕੇ ਮੰਗੇ ਕਵੀ ਰਾਜ ਚਲੇ ਜਾਤ ਹੈ, ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਘਰ ਦਾ ਮੰਗਤਾ ਹਾਂ। ਅਤੇ ਕਿਰਪਾਲ ਚੰਦ ਕਟੌਚੀਆ ਕਹਿੰਦਾ, ਉਹ ਜਿਹਦੇ ਘਰ ਦੇ ਮੰਗਤੇ ਹਾਥੀਆਂ 'ਤੇ ਆਉਂਦੇ ਨੇ, ਉਹ ਦਾਤਾ ਕਿੰਨਾ ਵੱਡਾ ਹੋਏਗਾ। ਸਾਧ ਸੰਗਤ, ਇਹ ਯਾਦ ਰੱਖਿਓ, ਅੱਜ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਰਪਾ ਕੀਤੀ, ਅਸੀਂ ਜਿੰਨੇ ਮੰਗਤੇ ਨਾ, ਲੱਖਾਂ ਦੀਆਂ ਗੱਡੀਆਂ 'ਚ ਘੁੰਮਦੇ, ਲੱਖਾਂ ਕਰੋੜਾਂ ਦੀਆਂ, ਅਤੇ ਕਿਸੇ ਮੰਗਤੇ ਕੋਲੋਂ ਮੰਗਣ ਦੀ ਲੋੜ ਨਹੀਂ, ਤੁਹਾਡਾ ਦਾਤਾ ਹੀ ਇੰਨਾ ਵੱਡਾ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ 'ਚੋਂ ਜੋ ਮੰਗ ਲਓਗੇ, ਭਿਖਾਰੀਆਂ ਨੂੰ ਵੀ ਰਾਜੇ ਬਣਾ ਦਿੰਦੇ। ਸਤਿਗੁਰੂ ਕਿਰਪਾ ਕਰਨ, ਸਾਨੂੰ ਸਿੱਖੀ ਬਖਸ਼ਣ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸਮੂਹ ਸੰਗਤਾਂ ਦਾ ਧੰਨਵਾਦ। ਇਸ ਸਥਾਨ ਦੇ ਮੁਖੀ ਸਤਿਕਾਰਯੋਗ ਬਾਬਾ ਹਰਨਾਮ ਸਿੰਘ ਜੀ, ਉਹਨਾਂ ਦਾ ਧੰਨਵਾਦ, ਕੋਟਾਂ ਕੋਟ ਸ਼ੁਕਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ। ਪਹਿਲੀ ਵਾਰ ਅਰਦਾਸ ਨੇ ਇਸ ਸਥਾਨ 'ਤੇ ਹਾਜ਼ਰੀ ਭਰੀ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸੇਵਾ ਪ੍ਰਵਾਨ ਕਰਨ, ਵੱਧ ਤੋਂ ਵੱਧ ਬਾਣੀ ਦਾ ਜਾਪ ਕਰੋ, ਇਹ ਬਾਣੀ ਹੀ ਸਾਡੀ ਸਹਾਈ ਹੋਣੀ ਹੈ। ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਪੈ ਇਸ ਰਸੇ, ਪੂਰੇ ਗੁਰ 'ਤੇ ਜਾਣੀ। ਅਗਲਾ ਪ੍ਰੋਗਰਾਮ
ਸਤਿਕਾਰਯੋਗ ਗਿਆਨੀ ਜੀ ਤੋਂ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਪੰਥ ਦੇ ਮਹਾਨ ਵਿਦਵਾਨ ਗਿਆਨੀ ਸਰਬਜੀਤ ਸਿੰਘ ਜੀ ਦਾ, ਬੜੇ ਹੀ ਪ੍ਰੇਮ ਵਿੱਚ ਸ਼ਰਧਾ ਵਿੱਚ ਭਿੱਜੇ ਬੋਲ। ਸਮੇਂ ਦਾ ਕੋਈ ਪਤਾ ਨਹੀਂ ਲੱਗਾ ਹੋਣਾ ਸੰਗਤ ਨੂੰ ਕਿ ਕਿੱਦਾਂ ਸਮਾਂ ਜਿਹੜਾ ਹੈ ਗੁਜ਼ਰ ਗਿਆ ਹੈ। ਹੁਣੇ ਹੁਣੇ ਸਾਡੇ ਵਿੱਚ ਪਹੁੰਚੇ ਨੇ ਅਤਿ ਸਤਿਕਾਰਯੋਗ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਬਲਵਿੰਦਰ ਸਿੰਘ ਜੀ। ਦਾਸ ਬੇਨਤੀ ਕਰੇ ਸੰਗਤ ਨੂੰ ਕਿ ਵੇਖੋ ਕਿੱਦਾਂ ਸੱਚਖੰਡ ਬਣਿਆ ਸੀ ਅਤੇ ਗੁਰਬਾਣੀ ਦੀਆਂ ਇਹ ਪੰਕਤੀਆਂ ਢੁਕਦੀਆਂ ਨੇ, ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਪੰਥ ਦਾ ਮਹਾਨ ਕਵੀਸ਼ਰੀ ਜਥਾ, ਜਿਨ੍ਹਾਂ ਨੂੰ ਤੁਸੀਂ ਯੂਟਿਊਬ 'ਤੇ ਲਾਈਵ ਸੁਣਿਆ ਹੋਊਗਾ, ਮਹਾਰਾਜ ਨੇ ਐਸੀ ਸੋਹਣੀ ਆਵਾਜ਼ ਦਿੱਤੀ ਹੈ ਵੀ ਬਸ ਕੁਝੇ 'ਚ ਸਮੁੰਦਰ ਬੰਦ ਕਰਦੇ ਨੇ। ਗਿਆਨੀ ਭਗਵੰਤ ਸਿੰਘ ਜੀ ਸੂਰਵਿੰਡ ਉਹ ਵੀ ਪਹੁੰਚ ਚੁੱਕੇ ਨੇ ਅਤੇ ਦਾਸ ਬੇਨਤੀ ਕਰੇ ਵੀ ਆਪਾਂ ਸਾਰੀ ਉਮਰ ਘਰਾਂ 'ਚ ਜਾ ਕੇ ਸੌਣਾ ਹੀ ਆ। ਇੱਕ ਦਾਸ ਬੇਨਤੀ ਕਰਦਾ ਹੁੰਦਾ ਵੀ ਹਰਿਮੰਦਰ ਸਾਹਿਬ ਵੀ ਚਲੇ ਜਾਈਏ ਅਤੇ ਇਹ ਮਨ ਇੱਦਾਂ ਦਾ ਖਰਾਬ ਕਰਦਾ, ਉੱਥੇ ਵੀ ਕਈ ਵਾਰੀ ਆਈ ਜਾਂਦਾ ਵੀ ਚੱਲੀਏ 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 ਵੀ ਘਰ ਨੂੰ ਵਾਪਸ ਚੱਲੀਏ, ਕਾਹਲ ਪਈ ਰਹਿੰਦੀ ਹੈ। ਪਰ ਇੱਕ ਗੱਲ ਯਾਦ ਰੱਖਿਓ ਵੀ ਜਿਨ੍ਹਾਂ ਗੁਰਦੁਆਰਿਆਂ 'ਚੋਂ ਆਪਾਂ ਕਹਿੰਦੇ ਨਾ ਮਨ ਕਹਿੰਦਾ ਚੱਲੀਏ ਚੱਲੀਏ, ਅਤੇ ਜਿਹੜੇ ਘਰ 'ਚ ਚੱਲੀਏ ਅਖੀਰ ਉਸੇ ਘਰ 'ਚੋਂ ਹੀ ਇਹਨਾਂ ਨੇ ਆਪਾਂ ਨੂੰ ਕੱਢ ਦੇਣਾ ਹੈ। ਅਤੇ ਜਿਹੜੇ ਘਰ 'ਚੋਂ ਸਾਰੀ ਉਮਰ ਆਪਾਂ ਗੁਰਦੁਆਰੇ ਤੋਂ ਭੱਜਦੇ ਰਹੇ ਵੀ ਚੱਲੀਏ, ਅਖੀਰ ਉਸੇ ਹੀ ਗੁਰਦੁਆਰੇ 'ਚ ਆਣ ਕੇ ਆਪਣੀ ਅਰਦਾਸ ਹੋਣੀ ਹੈ। ਇਹ ਘਰ ਉਹ ਆ ਜਿੱਥੇ ਆਪਾਂ ਨੂੰ ਆਉਣਾ ਪੈਣਾ ਵਾ, ਅਤੇ ਉਹ ਘਰ ਉਹ ਆ, ਪੈਸੇ ਤਾਂ ਬੜੇ ਉੱਥੇ ਲਾਏ, ਕਮਰੇ 'ਚ ਏਸੀ ਵੀ ਮੈਂ ਲਾਇਆ ਵਾ, ਸੀਲਿੰਗ ਵੀ ਕਰਾਈ ਆ, ਐਂ ਸੱਚਖੰਡ ਹੀ ਬਣਾ ਛੱਡਿਆ ਸਵਰਗੀ, ਪਰ ਰਹਿਣ ਇਹਨਾਂ ਨੇ ਘੜੀ ਨਹੀਂ ਉੱਥੇ ਦੇਣਾ। ਇਸ ਕਰਕੇ ਇਹ ਸਮਾਂ ਦੁਬਾਰਾ ਨਹੀਂ ਲੱਭਣਾ। ਮੈਂ ਬੇਨਤੀ ਕਰੂੰਗਾ ਸਿੰਘ ਸਾਹਿਬ ਗਿਆਨੀ ਬਲਵਿੰਦਰ ਸਿੰਘ ਜੀ ਨੂੰ ਕਿ ਉਹ 5 ਮਿੰਟ ਆਣ ਕੇ ਇੱਥੇ ਸੰਗਤ ਦੇ ਦਰਸ਼ਨ ਕਰਨ। ਬਹੁਤ ਹੀ ਸਨਮਾਨਯੋਗ ਸਿੰਘ ਸਾਹਿਬ ਨੇ, ਬੜੀ ਗੁਰੂ ਸਾਹਿਬ ਦੀ ਕਿਰਪਾ ਹੈ, ਗੁਰਮੁਖ ਰੂਹ ਹੈ, ਸਤਿਕਾਰ ਕਰੀਏ। ਬੋਲੇ ਸੋ ਨਿਹਾ ਪਤਿਤ ਪਾਵਨ ਭਗਤ ਵਤਸਲ ਕਰੁਣਾ ਨਿਧਾਨ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਗਰੀਬ ਨਿਵਾਜ਼।